ਕੋਈ ਕਾਰਟੂਨ ਯਾਦ ਹੈ ਤੁਹਾਨੂੰ ਇਹ ਕਾਰਟੂਨ ਐਨੇ ਐਨੇ ਅੱਛੇ ਕਾਰਟੂਨ ਐ ਦੇਖਦੇ ਆ ਸਾਰੇ ਬੱਚੇ ਕੋਈ ਕਾਰਟੂਨ ਯਾਦ ਹੈ ਕੀ ਗੱਲ ਹੂੰ ਹਿੰਦੂ ਤੇ ਮੁਗਲ ਕਿੱਦਾਂ ਰਸ ਸਕਦਾ ਬੰਦਾ ਇੱਕ ਹੈ ਤੂੰ ਇਹ ਤਾਂ ਕਹਿੰਦੇ ਵੀ ਹਿੰਦੂ ਦੋਸਤ ਨੇ ਫਿਰ ਪਰ ਉਹ ਹਿੰਦੂ ਜੋ ਮੁਗਲ ਕਿੱਦਾਂ ਪਾ ਸਕਦਾ ਹੂੰ ਹਿੰਦੂ ਦਾ ਪਹਿਲਾਂ ਉਹ ਮੁਗਲਾਂ ਵਿੱਚ ਚਲ ਗਿਆ ਕਰਨ ਇਹ ਗਲਤ ਗੱਲ ਹੈ ਗਲਤ ਗੱਲ ਹੈ ਆਪਣਾ ਤਾਂ ਅਨਸ਼ਦੀ ਰੰਗ ਹਾਂ ਆਪਣਾ ਧਰਮ ਨਹੀਂ ਛੱਡੀਦਾ ਸਾਡੇ ਫਿਰ ਤੁਹਾਡੇ ਨਾਨਕੇ ਕਿੱਥੇ ਆ? ਨਾਨਕੇ ਸਾਡੇ ਗੁਰੂ ਘਰ ਹੋਰ ਹੈ। ਉੱਧਰ ਮੇਰਾ ਦੂਆ ਨਾਨਕੇ ਆ ਦੂਹ ਨਾਨਕੇ। ਕਿੱਥੇ? ਦੋ ਇੱਕ ਮੇਰਾ ਜਿੱਦਾਂ ਸਾਡੇ ਆਹੀਂ ਨਾਨਕੇ ਬੱਚੇ ਦੇ ਹੁੰਦੇ ਨੇ ਉਦਾਂ ਇੱਕ ਉੱਥੇ ਉਹ ਵੀ ਮੇਰੇ ਉੱਥੇ ਗੁਰੂ ਘਰ ਲੋਰਵਲ ਉਹ ਗੁਰੂ ਘਰ ਹੋਰ ਅਸਵੀ ਵੀ ਮੇਰਾ ਉੱਥੇ ਆ ਪੱਕਾ ਨਾਨਕਾ। ਪੱਕੇ ਨਾਨਕੇ ਵੀ ਉੱਥੇ ਹੀ ਹੈਗੇ ਆ। ਕੱਚੇ ਵੀ ਪੱਕੇ ਦੋਨੇ। ਪੱਕੇ ਕਿਹੜੇ ਕਹਿੰਦੇ ਤੁਸੀਂ? ਪੱਕੇ ਅਸੀਂ ਕਹਿੰਦੇ ਆ ਗੁਰੂ ਗੁਰੂਆਂ ਦੇ ਨਾਨਕੇ ਗੁਰੂ ਦੇ ਨਾਨਕੇ। ਕੱਚੇ ਦੇ ਦੂਏ। ਕਿਆ ਬਾਤ ਹੈ ਇਹ ਜਿਹ ਇਹ ਤਾਂ ਬੜੀ ਮਿਹਨਤ ਕਰਾਣੀ ਪਈ ਹੋਣੀ ਤੁਹਾਨੂੰ ਕੋਈ ਮਿਹਨਤ ਨਹੀਂ ਕੋਈ ਮਿਹਨਤ ਨਹੀਂ ਹਾਂ ਬੱਚੇ ਨੂੰ ਲਾਉਣ ਵਾਸਤੇ ਕੋਈ ਮਿਹਨਤ ਨਹੀਂ ਜੀ ਤਾਂ ਇੱਕ ਜਿਹੜੀ ਤੁਹਾਨੂੰ ਕਹਿੰਦਾ ਮੈਨੂੰ ਤੁਸੀਂ ਵਾਰ-ਵਾਰ ਸੁਣਾਉਂਦੇ ਹੋ ਤਾਂ ਤੁਹਾਨੂੰ ਬਹੁਤ ਚੰਗੀ ਲੱਗਦੀ ਕਿਹੜੀ ਚੰਗੀ ਲੱਗਦੀ ਤੁਹਾਨੂੰ ਮੈਨੂੰ ਤਾਂ ਪਾਪਾ ਬਹੁਤ ਪਸੰਦ ਆਉਂਦੇ ਅੱਛਾ ਪਾਪਾ ਬਹੁਤ ਪਸੰਦ ਆਉਂਦੇ ਅੱਛਾ ਆਪਾਂ ਉਹੀ ਸੁਣਦੇ ਆ ਇਹ ਕਿ ਤੂੰ ਸਿੱਖੀ ਤੁਸੀਂ ਏ ਮੈਂ ਫੋਨ ਚ ਉਸ ਕੀਏ ਮੋਬਾਈਲ ਅੱਛਾ ਮੋਬਾਈਲ ਚ ਨਲਕਾ ਦਾ ਮੋਬਾਈਲ ਘੱਟ ਚ ਚਲਾਉਂਦਾ ਨਹੀਂ ਚਲਾਉਂਦਾ ਹਾਂ ਜੇ ਮੈਂ ਸਾਖਿਆ ਸਿੱਖ ਲੈਂਦਾ ਅੱਛਾ ਸਾਖਿਆ ਸਿੱਖ ਲੈਂਦੇ ਇੱਕ ਮੁੰਗਲਾ ਕਹਿੰਦਾ ਹੈ ਇਹ ਕਰ ਤੁਸੀਂ ਉਹਨੇ ਕਿ ਕਰ ਕਾਹਨੂੰ ਤੁਸੀਂ ਕਰ ਦੇਵੇ ਮੈਂ ਕਿਹਾ ਇਹ ਤੁਸੀਂ ਕਰ ਕਾਹਨੂੰ ਲੈ ਲਏ ਉਹਨੇ ਕਿਹਾ ਇਹਦਾ ਫੋਕਾ ਮੁੰਗਲਾ ਦੀ ਹੈ ਇਹ ਤਾਂ ਮੁਗਲੀ ਤੋਂ ਨੂੰ ਕਿਹਾ ਉਹਨੇ ਗੜ ਜਾ ਸੀ ਨਾ ਕਿਹਾ ਇਹ ਨਿਸ਼ਾਨ ਸਭ ਝੂਲਦਾ ਦਿਖ ਰਿਹਾ ਹੈ ਕਿੱਥੇ ਨਿਸ਼ਾ ਰਾਮ ਜੂਲਾ ਉੱਥੇ ਖਾਸੇ ਦਾ ਪੱਤਨ ਦਾ ਖਾਸੇ ਦਾ ਪਰਚਾਣ ਹੁੰਦਾ ਏ ਹਾਂ ਉਹਨੇ ਕਿਹਾ ਦੋ ਸਿੰਘਾ ਵਾਲਾ ਅਲਾਨ ਰਾਜ ਦਾ ਉਹਨੇ ਕਿਹਾ ਹਜੂਰ ਜੀ ਇਹ ਕਿਹ ਹੈ ਥੋੜੂ ਸਿੱਖ ਦਾ ਪਰਚਾਣ ਲੈ ਕੇ ਆਉਣੇ ਕਿਹਾ ਸਿੱਖ ਸਿੱਖ ਦਾ ਇਸ ਦੁਨੀਆ ਦੇ ਹੈ ਨਹੀਂ ਉਹ ਖਤਮ ਕਰਦੇ ਉਹਨੇ ਕਿਹਾ ਇਹ ਹੈ ਗਿਆ ਸਿੱਖ ਲੱਗਾ ਦੇਖੋ ਕੀ ਲਿਖਿਆ ਹੋਇਆ ਸਿੱਖੜਿਆਂ ਨੇ ਪਰਚੇ ਵਿੱਚ ਦੇ ਆਉਣੇ ਪੜਚਾ ਦੇ ਐ ਡਾਵੜਾ ਪੜਚਾ ਦੇ ਆ ਹੁਣ ਸੋ ਵੀ ਜਿੰਨਾ ਪੜਚਾ ਅੱਛਾ ਦੇ ਆ ਹੁਣੇ ਪੜਿਆ ਨਾ ਚਿੱਠੀ ਲਿਖਿਆ ਸਿੰਘ ਮੋਤਾ ਹੱਥ ਵਿੱਚ ਮੋਤਾ ਸੋਰ ਥਾ ਦੇ ਬਾਜਗੜ ਖਲੋ ਅੰਨਾ ਗੱਡੇ ਨੂੰ ਪਾਸਾ ਤੱਕਾ ਹੋਤਾ ਜੋ ਤੇਤੋ ਰਾਜ ਨਹੀਂ ਹੁੰਦਾ ਤੂੰ ਨਾ ਲਖ ਹੋਤਾ ਤੇਤੋ ਰਾਜ ਨਹੀਂ ਹੁੰਦਾ ਤੇਰੇ ਜੈਗੋ ਹੋਤਾ ਆਖੀ ਪਾਪੀ ਕਨੂ ਤੇਰਾ ਦੇਉ ਹੋਵੇ ਦੇ ਹੱਟ ਚਾ ਤਰੋ ਪੇੜੀਏ ਤੈਨੂੰ ਲੜੀ ਲਾਲਸਾ ਮੈਂ ਤੇਰੇ ਪਿੱਛੇ ਲਗਾਉਣਾ ਸ਼ੇਰ ਬੱਬਰ ਖਾਲਸਾ ਸੱਚੇ ਦਾ ਝੰਡਾ ਮੈਂ ਤੇਰੇ ਤਖਤਾ ਉੱਤੇ ਗੱਡ ਕੇ ਰਾਹੁਲੀ ਦਾ ਗਾਣਮ ਇੱਕ ਤੀਰੇ ਆਪਣਾ ਛੱਡ ਕੇ ਇੱਕ ਤੀਰੇ ਆਪਣਾ ਛੱਡ ਕੇ ਇੱਕ ਤੀਰੇ ਆਪਣਾ ਛੱਡ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਬੱਚੇ ਰੱਬ ਦਾ ਰੂਪ ਅਤੇ ਕੋਰੇ ਕਾਗਜ਼ ਦੀ ਨਿਆਈਂ ਸਾਫ਼ ਦਿਲ ਹੁੰਦੇ ਨੇ ਨਿਰਮਲ ਮਨ ਦੇ ਧਾਰਨੀ ਇਹਨਾਂ ਬੱਚਿਆਂ ਨੂੰ ਜੋ ਦਿਖਾਇਆ ਜਾਂ ਸਿਖਾਇਆ ਜਾਂਦਾ ਏ ਉਹ ਇਹ ਤੁਰੰਤ ਸਿੱਖ ਲੈਂਦੇ ਨੇ ਕੁਝ ਕੁ ਬੱਚਿਆਂ ਤੇ ਪਰਮਾਤਮਾ ਦੀ ਐਨੀ ਮੇਰ ਹੁੰਦੀ ਏ ਕਿ ਉਹ ਆਪਣੇ ਅਸਚਰਜ ਕੰਮਾਂ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਨੇ ਅਜਿਹੇ ਹੀ ਖਾਸ ਬੱਚਿਆਂ ਵਰਗਾ ਹੈ ਪੁੱ ਚੰਗੀ ਅਵਰਾਜ ਸਿੰਘ अवराज सिंह दी जिन्नी तारीफ करिए ओनी कट है महज 7 साल दी उमर दे एस बच्चे दीया गल्ला जिथे हैरान कर दिया ने ओथे सबक भी सिखाउंदिया ने हां जी अवराज सिंह जी वाहेगुरु जी का खालसा वाहेगुरु जी की फतेह ਤੁਸੀਂ ਇੰਨੀ دیر ਸ਼ਾਂਤ ਬੈਠਣ ਵਾਲੇ ਨਹੀਂ ਆ ਲੱਗਦਾ ਸੁਸਤੀ ਪੈ ਜਾਗੀ ਅੱਜ ਸਭ ਤੋਂ ਪਹਿਲਾਂ ਤੁਹਾਡੇ ਤੋਂ ਨਾ ਜਫਰਨਾਮਾ ਸੁਣਨਾ ਹੈ ਮੈਨੂੰ ਪਤਾ ਲੱਗਿਆ ਵੀ ਤੁਸੀਂ ਜਫਰਨਾਮਾ ਬਹੁਤ ਸੁਣਾ ਸੁਣਾਉਂਦੇ ਹੋ ਤੁਹਾਨੂੰ ਯਾਦ ਹੈ ਕੰਠ ਹੈ ਤਾਂ ਇੱਕ ਵਾਰੀ ਸੁਣਾਓ ਆਪਣਾ ਜਫਰਨਾਮਾ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜਬ ਲਗ ਖਾਲ ਸਾਰੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਹੈਗੇ ਬੇਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀਨ ਜੋ ਗੁਰੂ ਕਲਗੀਧਰ ਪਾਸ਼ਾ ਨੇ ਅਰੰਗ ਜੇ ਨੂੰ ਚਿੱਠੀ ਵਿੱਚ ਲਿਖਿਆ ਜਿਹਨੂੰ ਪੜ ਕੇ ਫਿਰ ਮੰਜੇ ਤੋਂ ਉੱਠ ਨਹੀਂ ਸਕਿਆ ਜੋ ਵੋਲ ਗੁਰੂ ਕਲਗੀਧਰ ਪਾਸ਼ਾ ਨੇ ਦੇ ਕੇ ਇੱਕ ਇੱਕ ਲਾਇਨ ਸੁਣ ਵਾਲੀ ਸੁਣੀ ਅਜੀ ਹੈਣ ਪੁਣ ਸਣ ਸਣੇ ਤੇ ਨਤ ਦੇ ਬਾਦੀ ਛਾਇਓ ਰੰਗ ਏ ਤੂੰ ਬਲੰਦਾ ਝੂਠ ਦਾਤੇ ਤੂੰ ਹ ਬੰਦਾ ਪਰ ਪੂਰੇ ਰੱਬ ਜਾਣੇ ਤੇਰੀਆਂ ਕਸਮਾਂ ਦੀ ਕਿੰਨੀ ਕਿਸਮ ਹੈ ਝੂਠ ਦੀਆਂ ਰੂਹ ਤੇ ਝੂਠदाई ਜਿਸਮ ਹੈ ਮੈਂ ਸ਼ਰੂ ਕਰਦਾ ਟੁੱਠੀ ਆਪਣੀ ਦਾ سلسلہ ਵੇ ਕਮੇਰੇ ਦਿਲ ਦੀ ਰੰਗਤ ਦਾ ਨਿਆਰਾ ਏ ਬੁਝਦੀ ਰਹਾ ਵਾਹਿਗੁਰੂ ਦੇ ਨਾਮ ਦਾ ਲਿਖਦਾ ਪਹਿਲਾ ਹਰਫ ਮੈਂ ਤੀਰ ਵਾਂਗੂ ਮਾਰਦਾ ਹਾਂ ਹਰਫ ਤੇਰੀ ਤਰਫ ਮੈਂ ਨਾਮ ਤੇਰੇ ਦਾ ਅਥ ਹੈ ਸੁੰਦਰ ਸਜਾਵਤ ਤਖਤ ਦੀ ਪਰ ਤੇਰੀ ਸੂਰਤ ਹੈ ਲੱਗਦੀ ਸਤਮ ਕਰ ਕੰ ਵਰਕਦੀ ਦੇ ਦਿੱਤੋ ਸਭੀ ਦੇਣ ਮਣ ਕੇ ਕੈਦ ਖਾਨੇ ਮੋਤ ਦੇ ਡੰਡਿਆ ਦੇ ਨਾਲ ਕੱਢੇ ਅਰਥ ਤੂੰ ਡੰਡੋਤ ਦੇ ਏ ਤਰੀ ਕਰ ਵੀ ਕਮੀਨੀ ਬਦਲ ਆ ਦੀ ਪਾਵਣਾ ਹੁਣ ਚਾਹਦੀ ਜੋਰ ਗੁਰ ਗੋਬਿੰਦ ਦਾ ਅਸ਼ਮਾ ਬਣਾ ਮੈਂ ਤੇਰੇ ਪੈ ਰਾ ਤੇ 헤ਡਾ ਅਗ ਐਸੀ ਬਾਲਣੀ ਜਿਨੇ ਤੇਰੀ ਸਨਨਤ ਦੇ ਬਾਦਸ਼ਾਹੀ ਗੱਲਣੀ ਕੀ ਹੋਇਆ ਜੇ ਸ਼ੇਰ ਦੇ ਬੱਚੇ ਤੁਮਾਰੇ ਗਿੱਦੜਾ ਕੀ ਹੋਇਆ ਜੇ ਸ਼ੇਰ ਦੇ ਬੱਚੇ ਤੁਮਾਰੇ ਗਿੱਦੜਾ ਕੀ ਹੋਇਆ ਜੇ ਲਿੱਦ ਤੂੰ ਫਿਰਦਾ ਭੜਾਈ ਲਿੱਦਰਾ ਚੋਖਦਾਰੇ ਨਾਮ ਦੇ ਚੁਕੀਆਂ ਤੋਂ ਕਸਮਾਂ ਮਰ ਗਈਆਂ ਤੇਰੀ ਆ ਪੰਜੇਣ ਨਵਾਜਾਂ ਨੂੰ ਕਲੰਕਤ ਕਰ ਗਈਆਂ ਆ સલાਮ ਕਿਸ ਤਰਾ ਕਰ ਦੇਣ ਜੋ ਦੇ ਗੁਫਤਗੂ ਆਪ ਖਾਨ ਕਿਸ ਤਰ੍ਹਾਂ ਲੜ ਦੇਣ ਜੰਗਾ ਜੰਗ ਜੂ ਜੰਗ ਦੇ ਮੈਦਾਨ ਦੇ ਵਿੱਚ ਆ ਫੌਜਾਂ ਸਜਾਈਆਂ ਜਾਂਦੀਆਂ ਹੋ ਕੇ ਅੰਮੋ ਸਾਹਮਣੇ ਫੌਜਾਂ ਤਲਵਾਰਾਂ ਟੱਕਰੀ ਜਾਂਦੀਆਂ ਜੇਣ ਫੌਜਾਂ ਨੂੰ ਲੜਾਉਂਦਾ ਚਾਨ ਜੋਦੇ ਛੱਕੜੇ ਜੇਣ ਫੌਜਾਂ ਨੂੰ ਲੜਾਉਂਦਾ ਚਾਨ ਬਿਉਰੇ ਛੱਕਰੇ ਡਕਤਰਾਂ ਦੇ ਸੂਰਮੇ ਕਰਦੇ ਜਨਨ ਟੱਕੜੇ ਉਹੀ ਅਦਾ ਫੌਜ ਲੈ ਕੇ ਆਜਾ ਮੇੜੇ ਰੂਬਰੂ ਮੈਂ ਲੜਾ ਕਾ ਜੰਗ ਹੋ세 ਹਿੱਦਰਾ ਦੀ ਹੂ ਬਹੂੰ ਓ ਖੁਦ ਆਦੇ ਮੁਰਜ ਮਾਂ ਤੂੰ ਬਾਦਿਸ਼ਾ ਮਰਦੂਦ ਹੈ ਆਪਣੀ ਅਗ ਅੰਦਰ ਸੜ ਰਿਆ ਨ ਮਰੂਦ ਹੈ ਆਪੜਾ ਮਰ ਰੱਬ ਦੀ ਰੈਰੀ ਜਿਆੜ ਪਣਾੜ ਮਾ ਆਪ ਖਾਮਾ ਉਸ ਦੀ ਰਾਇ ਮਤਰਾਜ ਲਵਾ ਜਾਲਵਾ ਸੁਣਿਆ ਪੌਰੇ ਬਾਦਿ ਛਾਏ ਵਕਤ ਦੀ ਆਵਾਜ਼ ਹੈ ਸੁਣਿਆ ਪੌਰੇ ਬਾਦਿ ਛਾਏ ਵਕਤ ਦੀ ਉਹ ਆਵਾਜ਼ ਹੈ ਖਾਲਸੇ ਦੀ ਇਫਤਵਾ ਵਿੱਚ ਵੀ ਕੋਈ ਰਾਜ ਹੈ ਇਹ ਤਵਾਈ ਹੈ ਹੋਈ ਉਹ ਜਰੇ ਬਸਾਵਣ ਵਾਸਤੇ ਇਤਵਾਈ ਹੈ ਹੋਈ ਰੋਂਦੇ ਹਸਾਵਨ ਵਾਸਤੇ ਜੋ ਹੈ ਕੀਤਾ ਤੇਰੀਆਂ ਫੋਜਾਂ ਗਲੀ ਚਮਕੌਰ ਵਿੱਚ ਬੁਧਰੀਣੀ ਉਸ ਤੋਂ ਵੱਡੀ ਹੈ ਕੋਈ ਅਸ ਤੌਰ ਵਿੱਚ ਫਫਾ ਫਾਵਾ ਫੰਡੇ ਆ ਜਾ ਤੀਰ ਮਰੇਣੇ ਖਾਣ ਨਾਰ ਅਰ ਖਾਣ ਨੂੰ ਸਭ ਤੇ ਰ ਜਰ ਨੈਣ ਫਿਰਦੇ ਸੀ ਲਕਾਉਂਦੇ ਜਾਣ ਨੂੰ ਕੱਟ ਗਏ ਤੇਰੇ ਹਜ਼ਾਰਾ ਸੀ ਸਪਾਹੀ ਕੱਟ ਕੇ ਡੱਟ ਗਏ ਮੇਲੇ ਲੜਾ ਕੇ ਸਿੰਘ 40 ਡੱਟ ਗਏ ਉਹ ਤੇ ਆਖੋ ਅਜਾ ਜੋ ਮਰਦੂ ਦੇ ਵੱਡਾ ਸੂਰਮਾ ਜਿਹਨ ਲੁਕਦਾ ਉਸ ਦਾ ਮੈਂ ਕੱਟ ਦਿੰਦਾ ਉਸ ਸੂਰਮਾ ਉਸ ਕਰੀ ਖੁਦਾ ਨੇ ਕੀਤੀ ਆਪ ਮੇਰੀ ਰੈਵਰੀ ਆਪਣੇ ਬੰਦੇ ਦੀ ਕੀਤੀ ਆਪ ਬੰਦਾ ਬਰਬਰੀ ਮੈਂ ਹਜ਼ਾਰਾਂ ਕੇਰੀਆਂ ਨੂੰ ਤੋੜ ਕੇ ਆਇਆ ਆ ਗਿਆ ਬਾਦਸ਼ਾਹ ਮੈਂ ਤੇਰਾ ਮੂੰਹ ਮੋੜ ਕੇ ਆਇਆ ਆ ਗਿਆ ਝੂਠੀ ਆਕਸਮਾ ਦਾ ਸਾਹ ਤੂੰ ਹੀ ਜੰਮੇਬਾਰ ਹੈ ਤੂੰ ਖੁਦਾ ਦੀ ਨਜ਼ਰ ਵਿੱਚ ਸ਼ੈਤਾਨ ਹੈ ਮੱਕਾਰ ਹੈ ਤੂੰ ਹੀ ਝੂਠਾ ਬਾਦਸ਼ਾਹ ਤੇ ਜ਼ਿੰਦਗੀ ਦਾ ਕੋੜ ਹੈ ਤੂੰ ਖੜਾ ਦਰਿਆ ਕਿਨਾਰੇ ਖੋਖਲਾ ਇੱਕ ਬੋੜ ਹੈ ਉਸਨੂੰ ਕੀ ਆਚ ਆਣੀ ਰੱਬ ਜਿਸਦਾ ਯਾਰ ਹੈ ਉਸਨੂੰ ਕੀ ਆਚ ਆਣੀ ਸੱਚ ਦਿਸਦਾ ਯਾਰ ਹੈ ਉਸਨੂੰ ਕੀ ਫਿਕਰ ਜਿਸਦਾ ਰੱਬ ਪਹਿਰੇਦਾਰ ਹੈ ਬਾਲ ਮੇਰਾ ਇੱਕ ਵੀ ਬਿੰਗਾ ਤੁਂ ਕਰ ਸਕਦਾ ਨਹੀਂ ਹਾਲ ਸਾ ਮੇ ਰਾਤ ਹਸ਼ਰਾਤੀ ਮਾਰ ਸਕਦਾ ਨਹੀਂ ਮੈਂ ਖਤਮ ਕਰਦਾ ਚਿੱਠੀ ਖੋਲਿਆ ਜਿਸ ਪਾਸ ਹੈ ਬਸ ਪਰਹੁਣਾ ਚੰਦੇ ਨਾ ਦਾ ਇਹ ਜੋ ਤੇਰਾ ਰਾਜ ਹੈ ਤੂੰ ਹਵਾ ਵੀ ਨਹੀਂ ਸ਼ੂ ਸੱਚ ਦਾ ਗੋਬਿੰਦ ਜੀ ਬਸ ਫੋਕਲੇ ਕਣੀ ਨਹੀਂ ਸਮਝੋ ਬਾਦਿ ਛਾਏ ਹਿਰਦ ਦੀ ਜੇ ਚਾਦਰ ਪੇੜੀਏ ਤੈਨੂੰ ਮਰਨ ਦੀ ਲਾਲਸਾ ਜੇ ਚਤਰ ਪੇੜੀਏ ਤੈਨੂੰ ਲੜਨ ਦੀ ਲਾਲਸਾ ਮੈਂ ਤੇਰੇ ਪਿੱਛੇ ਲਗਾਉਣਾ ਸ਼ੇਰ ਬੱਬਰ ਖਾਲਸਾ ਸੱਚ ਦਾ ਝੰਡਾ ਮੈਂ ਤੇਰੇ ਤਖਤਾ ਉੱਤੇ ਗੱਡ ਕੇ ਰਾਹੁਲੀ ਦਾ ਗਾਣਮ ਇੱਕ ਤੀਰੇ ਆਪਣਾ ਛੱਡ ਕੇ ਇੱਕ ਤੀਰੇ ਆਪਣਾ ਛੱਡ ਕੇ ਇੱਕ ਤੀਰੇ ਆਪਣਾ ਛੱਡ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਸ਼ ਆ ਗਿਆ ਹੁਣ ਤਾਂ ਸਾਰੇ ਸੁਣ ਕੇ ਹੈ ਨਾ ਇੰਨਾ ਕਿੰਨਾ ਯਾਦ ਕਿਵੇਂ ਕੀਤਾ ਤੁਸੀਂ ਇਹ ਸਾਰਾ ਬੰਦਾ ਸਿੰਘ ਦਾਦਾ ਜੀ ਅੱਛਾ ਦਿਨ ਬੰਦਾ ਸਿੰਘ ਕਿਉਂ ਕਿਹਾ ਤੁਸੀਂ ਮੈਂ ਕਿ ਇਹ ਬੰਦਾ ਹੈ ਸਾਡਾ ਬੰਦਾ ਹੈ ਕਰਦਾ ਬੜੇ ਹੈ ਨਾ ਸਾਰੇ ਅੱਛਾ 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 ਸਤਾ ਕਰਕੇ ਫਿਰ ਉਹਨਾਂ ਨੇ ਕਰਾਇਆ ਤੁਹਾਨੂੰ ਯਾਦ ਸਾਰਾ ਵਾਹ ਜੀ ਵਾਹ ਬਹੁਤ ਅੱਛਾ ਸਾਰਾ ਇਹ ਦੇਖੋ ਸਾਰੀਆਂ ਗੱਲਾਂ ਮਤਲਬ ਫੀਲ ਵੀ ਕਰਦਾ ਜਿਹੜੀਆਂ ਜਿਹੜੀਆਂ ਜੇ ਉਹ ਵਾਲ ਦੀ ਗੱਲ ਹੋਵੇ ਤਾਂ ਆਪਣੇ ਬਾਲ ਦਾ ਉਹ ਸਾਰੇ ਐਕਸ਼ਨ ਰਹ ਨਹੀਂ ਵੀ ਇੱਕ ਰੱਟਾ ਲਾਇਆ ਹੋਇਆ ਉਸ ਚੀਜ਼ ਨੂੰ ਫੀਲ ਕਰਕੇ ਗਾਣਾ ਤੇ ਇਹ ਗੁਰੂ ਦੀ ਦਾਤ ਹੀ ਹੈ ਹੋਰ ਬੜੀਆਂ ਚੀਜ਼ਾਂ ਬੱਚੇ ਨੂੰ ਯਾਦ ਨੇ ਇਹ ਸਾਰਾ ਜਿਹੜਾ ਆਪਣਾ ਬੱਚੇ ਨੂੰ ਇਹ ਤਿਆਰ ਕਰਵਾਣਾ ਕਿਉਂਕਿ ਘਰਾਂ ਦੇ ਵਿੱਚ ਸਾਡੇ ਕੋਲੋਂ ਇਹ ਗੱਲਾਂ ਜਿਹੜੀਆਂ ਸਾਡੇ ਦਾਦੇ ਜਾਂ ਦਾਦੀਆਂ ਸਾਡੇ ਸੰਸਾਖੀਆਂ ਸੁਣਾਉਂਦੇ ਹੁੰਦੇ ਉਹ ਖਤਮ ਹੋ ਗਏ ਹੁਣ ਸਾਰਾ ਫੋਨਾਂ ਤੇ ਜਾਂ ਟੈਲੀਵਿਜ਼ਨਾਂ ਤੇ ਹੀ ਬੱਚੇ ਜਿਹੜੇ ਲੱਗੇ ਨੇ ਤੇ ਪਰਿਵਾਰਾਂ ਦੇ ਵਿੱਚ ਪਰਿਵਾਰ ਰਲ ਕੇ ਨਹੀਂ ਰਹਿ ਰਹੇ ਵਿਆਹ ਹੁੰਦੇ ਨੇ ਨਾ ਤੇ ਜੁਦੇ ਹੋ ਜਾਂਦੇ ਨੇ ਸੋ ਇਹ ਜਿਹੜੇ ਹੈ ਬਜ਼ੁਰਗਾਂ ਨੇ ਦੇਖੋ ਇਹ ਘਰ ਚ ਹੁਣ ਮੈਂ ਇੱਕ ਗੱਲ ਵੀ ਵਿੱਚ ਪਿੱਛੇ ਕੀਤੀ ਸੀ ਤੇ ਘਰ ਚ ਟੈਲੀਵਿਜ਼ਨ ਹੈ ਪਰ ਉਹ ਚੱਲਦਾ ਨਹੀਂ ਹੈਗਾ ਰੱਖਿਆ ਨਹੀਂ ਚਲਾਇਆ ਨਹੀਂ ਹੈਗਾ ਸੋ ਉਹਦਾ ਅਸਰ ਇੱਕ ਦੇਖਿਆ ਜਾ ਸਕਦਾ ਵੀ ਇਹ ਮੱਚ ਮੈਂ ਪੁੱਛਿਆ ਮਾਮਾ ਪੁੱਛ ਹੀ ਲੈਂਦੇ ਆ ਫਿਰ ਅਵਰਾਜ ਸਿੰਘ ਜੀ ਨੂੰ ਵੀ ਟੈਲੀਵਿਜ਼ਨ ਨਹੀਂ ਦੇਖਦੇ ਤੁਸੀਂ ਕਿਉਂ ਨਹੀਂ ਦੇਖਦੇ ਮੈਂ ਬਸ ਟੈਲੀਵਿਜ਼ਨ ਤੇ ਸਾਖੀ ਸੁਣਦਾ ਟੀਵੀ ਨਹੀਂ ਸੁਣਦਾ ਬਸ ਫੋਨ ਸੁਣਦਾ ਮੈਂ ਓਕੇ ਕਿਹੜੀ ਸਾਖੀ ਸੁਣਦੇ ਹੁੰਦੇ ਤੁਸੀਂ ਮੈਂ ਪੰਜਾਬ ਸੇ ਹਾਜੀ ਸਾਖੀ ਸੁਣ ਲਾ ਪਿਆ ਪਹਿਲਾਂ ਦੂਈ ਸੁਣਦਾ ਸੀ ਪੰਜਾਬ ਸੇ ਹਾਂ ਅੱਛਾ 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 ਹੋਰ ਕੀ ਟੀਵੀ ਟੈਲੀਵਿਜ਼ਨ ਤੇ ਕੀ ਕੀ ਦੇਖਦੇ ਹੋ ਆ ਕੇ ਵਿਸਤਰੀ ਸਿਕ ਨਹੀਂ ਕਵੀਸਰੀ ਸਿਕ ਨਹੀਂ ਹੋਰ ਕੁਝ ਨਹੀਂ ਦੇਖਦੇ ਕੋਈ ਕਾਰਟੂਨ ਨਹੀਂ ਯਾਦ ਹੈ ਤੁਹਾਨੂੰ ਇਹ ਕਾਰਟੂਨ ਐਨੇ ਐਨੇ ਅੱਛੇ ਕਾਰਟੂਨ ਐ ਦੇਖਦੇ ਆ ਸਾਰੇ ਬੱਚੇ ਕੋਈ ਕਾਰਟੂਨ ਯਾਦ ਆ ਅੱਛਾ ਨਹੀਂ ਕਾਰਟੂਨ ਕੋਈ ਨਹੀਂ ਦੇਖਦੇ ਦੇਖੋ ਮੇਰੇ ਟੀਵੀ ਦਾ ਜਿਹੜਾ ਹੈਗਾ ਵੀ ਟੀਵੀ ਆ ਉਹਦੇ ਤੇ ਜੇ ਦੇਖਦਾ ਵੀ ਆ ਤਾਂ ਕੀ ਆਪਣੀਆਂ ਸਾਖੀਆਂ ਤੇ ਬੱਚਿਆਂ ਦਾ ਇਹ ਇੱਕ ਚਲੋ ਪਰਮਾਤਮਾ ਦੀ ਵੀ ਹੁੰਦੀ ਹੈ ਤੇ ਨਾਲ ਨਾਲ ਜਿਹੜਾ ਹੈਗਾ ਵੀ ਪੇਰੈਂਟਸ ਦਾ ਕਿੰਨਾ ਰਹਿੰਦਾ ਹੈ ਆਪਣੇ ਇਹਨਾਂ ਦੇ ਦਾਦਾ ਜੀ ਸਾਡੇ ਕੋਲੇ ਉਹਮਣਾਂ ਨੇ ਇਹ ਆਪਣੇ ਫੌਜ ਦੇ ਵਿੱਚੋਂ ਰਿਟਾਇਰਡ ਹੋਏ ਨੇ ਤੇ ਇਸ ਪਰਚੇ ਦਾ ਜਦੋਂ ਅਸੀਂ ਕੱਲ ਇਹਨਾਂ ਨੂੰ ਸੁਣਿਆ ਤਾਂ ਉਹ ਕਾਫੀ ਕੁਝ ਇਹਨਾਂ ਨੇ ਸੁਣਾਇਆ ਤੇ ਅਸੀਂ ਕਿਹਾ ਵੀ ਜਰੂਰ ਸੰਗਤ ਦੇ ਸਾਹਮਣੇ ਬੱਚੇ ਨੂੰ ਲਿਆਣਾ ਚਾਹੀਦਾ ਹੈ ਤੇ ਹੋਰ ਤੁਹਾਨੂੰ ਕਿਹੜੀ-ਕਿਹੜੀ ਬਾਣੀ ਜਿਹੜੀ ਹੈਗੀ ਯਾਦ ਹੈ ਬਾਣੀ ਜਦ ਬਦੀ ਸਾਬ ਆਪਾਂ ਜਪਜੀ ਸਾਹਿਬ ਸੁਣਨਾ ਤੁਹਾਡੇ ਤੋਂ ਕਿੰਨੀ ਅਸੀਂ ਤੁਸੀਂ ਐ ਕਰੋ ਸਾਨੂੰ ਨਾ ਤੇ ਪੰਜ ਪਉੜੀਆਂ ਸੁਣਾਓ ਪਹਿਲਾਂ ਤਾਂ ਫਿਰ ਆਪਾਂ ਵਿੱਚੋਂ ਸੁਣਾਗੇ ਤੁਹਾਡੇ ਤੋਂ ਯਾਦ ਆ ਬੈਠ ਕੇ ਸੁਣਾਓ ਤੁਸੀਂ ਇੱਕ ਓੰਕਾਰ ਸਤਨਾਮ ਹਨ ਕਰਤਾ ਪੁਰਖ ਨਿਰਭਉ ਨਿਰਵੈਰ ਓ ਕਾਲ ਮੂਰਤ ਜੁਨੀ ਸੈ ਬਣ ਗੁਰ ਪ੍ਰਸਾਦ ਜਪ ਆ ਸਚੁਗਾ ਸਚ ਹੈ ਪੀ ਸਚ ਨਾਲ ਕੋ ਸੀ ਵੀ ਸਚ ਸੋਚੇ ਸੋਚਣਾ ਵੀ ਜੇ ਸੋਚੇ ਲਖਵਾਰ ਚਪੇ ਚਪਣਾ ਵੀ ਜੇ ਲਾਇ ਲਾ ਜਿਵਤਾ ਪੁਕੇਆ ਪਗੋਨਾ ਤਰੀ ਜੇ ਮਨਾ ਪਰਿਆਵਾਰ ਹੈਂਡ ਸੈਂਡ ਪੱਲਾ ਕੋਈ ਤਾਂ ਹੈ ਕਨਾ ਚਲੇ ਨਾ ਸੂ ਚਿਹਰਾ ਹੋਈਏ ਕਿ ਕੋਰੇ ਟੁੱਟੇ ਬਾਹਰ ਹੁਣ ਜਾਈ ਚਲਣਾ ਜੇ ਨਾਨਕ ਲਿਖਿਆ ਨਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹਕੂਮੀ ਸ਼ੋਬਨ ਜੀ ਹਕੂਮ ਨਵੜਿਆਈ ਹਕੂਮੀ ਸ਼ੋਬਨਕਾਰ ਕੋਨਾ ਕਿਹਾ ਜਾਈ ਹਕੂਮੀ ਸ਼ੋਬਨ ਜੀ ਹਕੂਮ ਨਵੜਿਆਈ ਹਕੂਮੀ ਬੰਨੀ ਸ਼ਮੂਸ ਸੁਭਾਈਏ ਗੁੰਬਖਸੀ ਗੁੰਬਸਾਤਾ ਬਾਈਂ ਹੁਮੀ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਮੈਂ ਬੁਗਦਾ ਜੇ ਬਜੇ ਤਾਂ ਮੇਂ ਕਈ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਕਾ ਕੋ ਜੱਜ ਜਾਣੇ ਨੀ ਸੰਗ ਕਾ ਕੋ ਕਨ ਵੜ ਗਈਆਂ ਚਾ ਗਾਵੇ ਕੋ ਖੁਸ਼ ਹੈ ਬਿਖਿਮ ਚਾਰ ਗਾਵੇ ਕੋ ਸਾਰਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜੱਪੇ ਜਿਸੇ ਦੂਰ ਗਾਵੇ ਕੋ ਵੇਖੀ ਹਾਂ ਦਰਾ ਹੰਦੂ ਕਿਤਨਾ ਕਿਥੀ ਆਵੇ ਤੋਤ ਕਰ ਕਰ ਕੋਟੀ ਕੋਟ ਕੋਟ ਦਿੰਦਾ ਲੈਂਦੇ ਸਕਬਾ ਜੁਗਾ ਸੰਤਰ ਕਾ ਈਕ ਕਰਮੀਓ ਕਮ ਚਲਾਇਰਾ ਨਾਨਕ ਵਿਚਦਾ ਪੇਰਵਾ ਉਹ ਸੱਚਾ ਸਾਹਿਬ ਸੱਚ ਨੇ ਬਖਿਆ ਪਵਾ ਬਾਹਰ ਆ ਕੇ ਮਗੇ ਦੇ ਦੇ ਦਰ ਕਰੇ ਦਤਾਰ ਕਰਕੇ ਆ ਕੇ ਰਕੀਏ ਜਿੱਥੇ ਸੇ ਦਰਵਾਰ ਮੋਕੇ ਬੋਲਣ ਬੋਲੀਏ ਜਿਸੁ ਤਰੇ ਪਿਆਰ ਅਮਰਤ ਵੇਲਾ ਸਤਨਾਵੜੇ ਆਈ ਵਿਚਾਰ ਕਰਮੀ ਆਵੇ ਕਪੜਾ ਨਾ ਜੀ ਮੁਖ ਦੁਬਾਰ ਨੜ ਕੇ ਵਾ ਜਾਣੀਏ ਸਭਾ ਪੈਸਾ ਤੇ ਔਰ ਥਪਿਆਣ ਜਾਏ ਕੀ ਤਾਣਾ ਹੋਏ ਹਪੇ ਆਵਨੰਦਨ ਸੋਏ ਜਨ ਸੇਵਿਆ ਜਨ ਸੁਆ ਮਾਨ ਨੰਗਾ ਬੇਗੁਨਿੰਜ ਗਬੀ ਸੁਣੀ ਮਾ ਰਖੀਏ ਬਹੁ ਕੁੰਮ ਨਾਡੰ ਕਰਮ ਕਰਿਆ ਸਮਾਏ ਇੱਕ ਬੁਢੀ ਸਰਕਰ ਗੋਰ ਕਮਰਾ ਮਾ ਗਰ ਪਾਰਵਤੀ ਨੈ ਜੇ ਜਾਣੇ ਅਖਣੇ ਕੈਨਾ ਕਤਨਾ ਜਾਈ ਗੁਰੇ ਇਕ ਤੇ ਬੁਝਾਈ ਸਵਣਾ ਜੀਆਂ ਕਾਇਕ ਦਾਤਾ ਸੋਵੇਂ ਬਸ ਨਾ ਜਾਈ ਅੱਛਾ ਜੇ ਮੈਂ ਵਿਚੋਂ ਪੁੱਛਿਆ ਤੁਹਾਨੂੰ ਸ਼ਲੋਕ ਆਂਦਾ ਪਿਛਲਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਸੁਣਾਓ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਸਦਾ ਦੋਈ ਦਾ ਹੀ ਦਇਆ ਚੱਲੇ ਸਕਤ ਜਗਤ ਸਗਲ ਜਗਤ ਚੰਗੀਆਂ ਆਈਆਂ ਬੋਰੀਆਂ ਆਈਆਂ ਵਜੇ ਤਰਮਧੂਰ ਕਰਮੀ ਆਵੋ ਆਪਣੀ ਨੇੜੇ ਕੇ ਦੂਰ ਜਿਨੇ ਨਾਮ ਹਤਿਆਆ ਗੇ ਮਸਕਤ ਕਰ ਨਾਨਕ ਤੇ ਮੁਖ ਊਜਰੇ ਕਿਤੇ ਛੁੱਟੀ ਨਾਲ ਬੇਸ਼ੱਕ ਜਿਹੜਾ ਬਾਣੀ ਦੇ ਵਿੱਚ ਪੜਾ ਅਸ਼ੁੱਧੀਆਂ ਐ ਪਰ ਬੱਚੇ ਦਾ ਜਿਹੜਾ ਕੌਨਫੀਡੈਂਸ ਐ ਜਿਹੜਾ ਲੇਖੋ ਉਹ ਦੇਖਣ ਵਾਲਾ ਹੈ ਕਿਵੇਂ ਬੱਚਾ ਜਿਹੜਾ ਹੈ ਬੜੇ ਕੌਨਫੀਡੈਂਸ ਨਾਲ ਜਿਹੜੀ ਬਾਣੀਆਂ ਇਹਨਾਂ ਨੇ ਯਾਦ ਕੀਤੀਆਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜੀਆਂ ਅਸ਼ੁੱਧੀਆਂ ਵੀ ਹੌਲੀ-ਹੌਲੀ ਜਿਹੜੀਆਂ ਉਹ ਦੂਰ ਹੋਣ ਜਾਣਗੇ ਸ਼ੁੱਧ ਪਾਠ ਅੱਜ ਕੱਲ ਜਿਹੜੇ ਚੰਗੇ-ਚੰਗੇ ਪਾਠੀ ਸਿੰਘ ਨੇ ਤੇ ਉਹਨਾਂ ਤੋਂ ਵੀ ਸ਼ੁੱਧ ਪਾਠ ਨਹੀਂ ਹੁੰਦਾ ਤੇ ਹੋਰ ਵੀ ਬਾਣੀਆਂ ਜਿਹੜੀਆਂ ਯਾਦ ਆਪਾਂ ਹੋਰ ਵੀ ਇਹਨਾਂ ਤੋਂ ਸੁਣਦੇ ਆ ਕਿਹੜੀ ਬਾਣੀ ਸੁਣਾਓਗੇ ਹੋਰ ਤੁਸੀਂ ਸ਼ਲੋਕ ਮੰਨ ਲਾ ਨੂੰ ਮਾ ਸ਼ਲੋਕ ਮੰਨ ਤੁਸੀਂ ਤਾਂ ਕਹਿੰਦੇ ਮੈਂ ਯਾਦ ਕਰ ਰਿਹਾ ਚਾ ਥੋੜਾ ਕਰਦੇ ਜਿਹੜਾ ਅੰਦਰ ਅੱਛਾ ਚਲੋ ਸੁਣਾ ਦਿਓ ਜਿੰਨੇ ਥੋੜਾ ਜਿਹਾ ਸੁਣਾ ਦਿਓ ਉਹਨੇ ਗੋਬਿੰਦ ਗਾਏ ਉਹ ਨਹੀਂ ਜਨਮ ਕਰਤਕ ਨਾ ਕੋਹੁ ਨਾ ਨਕ ਹਰ ਪਜਮਨਾ ਨਾ ਕਰਨਾ ਅਭਿਆਸ ਕਰਨਾ ਚਾਹਨਾ ਤੁਸੀਂ ਕਰ ਰਹੇ ਹੋ ਗੱਤਕਾ ਵਿਸ਼ੇਲੀ ਦਾ ਅਜੇ ਗੱਤਕਾ ਖੇਡ ਲੈਂਦੇ ਕੋਈ ਗੱਲ ਨਹੀਂ ਗੱਤਕੇ ਦੀ ਵੀ ਆਪਾਂ ਗੱਲ ਕਰਦੇ ਆ ਬਾਸਕਟਬਾਲ ਉਹ ਬਾਸਕਟਬਾਲ ਉਹ ਵੀ ਖੇਡ ਲਿਆ ਅੱਛਾ ਬਾਸਕਟਬਾਲ ਵੀ ਖੇਡ ਲੈਂਦੇ ਹੋ ਹੋਰ ਕੀ ਕਰਦੇ ਹੋ ਤੁਸੀਂ ਅਸੀਂ ਇੱਕ ਉਹ ਗੱਤਕੇ ਨੇ ਪੈਂਤਲੇ ਕਰਦੇ ਆ ਬਲੇਅਰ ਸਭ ਦੀ ਬਾਣੀ ਕਰਦੇ ਆ ਇਹ ਰੇਅਰਸ ਦੀ ਬਾਣੀ ਕਿੱਥੇ ਕਰਦੇ ਹੁੰਦੇ ਤੁਸੀਂ ਉਹ ਪਰਗੁਲਾਰ ਸਾਹ ਬਣਾਇਆ ਹੋਇਆ। ਅੱਛਾ। ਇੱਕ ਡ੍ਰੈਂਗਰ ਮੈਂ ਉੱਪਰ ਇੱਕ ਹੋਰ ਡ੍ਰੈਂਗਰ ਮੈਂ ਹੋਰ ਡ੍ਰੈਂਗ ਉੱਤੇ ਹੋਣਾ ਹੈ ਗੁਰਦਸਾਹ। ਅੱਛਾ ਉਹਦੇ 'ਚ ਬਣਾਇਆ ਗੁਰਦਸਾਹ ਤੁਸੀਂ। ਉੱਥੇ ਤੁਸੀਂ ਰੇਰਸ ਕਰਦੇ ਹੋ, ਉੱਥੇ ਪਾਠ ਕਰਦੇ ਹੋ। ਅਭਿਆਸ ਵੀ ਉੱਥੇ ਕਰਦੇ ਆ। ਅਭਿਆਸ ਗਰਾਊਂਡ 'ਚ ਕਰੀ। ਨਹੀਂ ਨਹੀਂ, ਗਤਕੇ ਦਾ ਅਭਿਆਸ ਉੱਥੇ ਕਰਦੇ ਆ, ਬਾਣੀ ਦਾ ਅਭਿਆਸ। ਉੱਥੇ ਕਰਿਆ। ਅੱਛਾ ਉੱਥੇ ਕਰਦੇ ਸੀ। ਕੌਣ-ਕੌਣ ਪਾਠ ਕਰਦਾ ਹੁੰਦਾ ਉੱਥੇ? ਮੇਰੀ ਮਾਦਰ, ਮੇਰੇ ਦਾਦੂ ਜੀ ਮੈਂ। ਅੱਛਾ। ਮੇਰੀ ਛੋਟੀ ਸਿਸਟਰ ਉਹ ਵਾਇਕੁਰਦੀ। ਅੱਛਾ ਵਾਇਕੁਰ ਕਰਦੇ ਸੀ ਬੈਠ ਕੇ, ਕਿੰਨੇ ਸਾਲ ਦੀ ਆ ਉਹ ਹਮ ਹੋ ਸਾਲ ਦੀ ਨਹੀਂ ਮਹੀਨਿਆਂ ਦੀ ਹੈ ਅਜੇ 12 ਮਹੀਨਿਆਂ ਦੀ ਹੋ ਗਈ ਹੁਣ ਸਾਲ ਦਾ ਹੋ ਜਾਣਾ ਚਲਾਈ ਚ ਤੇ ਚਲਾਈ ਚ ਹੋ ਜਾਣਾ ਤੇ ਅੱਛਾ ਅੱਛਾ ਤੇ ਉਹ ਸਿਮਰਨ ਉਹ ਸਿਮਰਨ ਕਰਦੀ ਹੈ ਉੱਥੇ ਸਿਮਰਨ ਬੋਲਦੀ ਜਾਂਦੀ ਹੈ ਆਤਾ ਵਾਈਗਰ ਉਹ ਕਰੇ ਉਹ ਕਹਿੰਦੀ ਮੈਂ ਕਾਲ ਬੋਲਦੀ ਸਿਮਰਨ ਮੈਂ ਉਹ ਇਹ ਕਾਲ ਬੋਲੇ ਵਾਈਗਰ ਅੱਛਾ 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 ਅਰਦਾਸ ਵਿੱਚ ਅੱਛਾ ਤੁਸੀਂ ਅਨੰਦ ਸਾਹਿਬ ਕਹਿੰਦੇ ਮੈਨੂੰ ਆਂਦਾ ਅਨੰਦ ਸਾਹਿਬ ਵੀ ਪੜਦੇ ਹੁੰਦੇ ਤੁਸੀਂ ਹੈ ਨਾ ਤੇ ਤੇ ਕੀਰਤਨ ਸੁਹਾ ਆਂਦਾ ਨਾ ਰਾਤ ਨੂੰ ਸੌਣ ਵੇਲੇ ਹਾਂਜੀ ਪੜਦੇ ਆ ਰਾਤ ਨੂੰ ਸੌਣ ਵੇਲੇ ਆਪਾਂ ਪਹਿਲਾਂ ਕੀਰਤਨ ਸੋਲਾ ਕਰੀਦਾ ਫਿਰ ਅਸੀਂ ਰਾਤ ਨੂੰ ਸੌਣ ਵੇਲੇ ਪਾਠ ਕਰਦੇ ਆ ਨਾ ਫਿਰ ਅਸੀਂ ਹਾਜ਼ਰ ਲਈ ਦੰਦਾ ਸਮਲਦੇ ਮਾੜਾ ਨਾਲ ਮਾੜਾ ਹਾਂ ਸਾਡੀ ਇੱਧਰ ਵੀ ਪਤਾ ਨਹੀਂ ਉੱਧਰ ਵੀ ਅੱਛਾ ਛੇ ਕੀਰਤਨ ਸੋਲਾ ਸੁਣਾਓ ਫਿਰ ਤੁਸੀਂ ਛੋਟਾ ਮੈਂ ਆਪਾਂ ਕਿੱਥੇ ਨਾ ਸ਼ੁਰੂ ਕਰੋ ਤੁਸੀਂ ਸਾਰਾ ਸੁਣਾ ਦੇਣਾ ਮੈਂ ਮੈਂ ਸਾਰਾ ਨਹੀਂ ਤੁਸੀਂ ਬਸ ਥੋੜਾ ਜਿਹਾ ਸੁਣਾਓ ਫਿਰ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਿਤ ਕਰ گاਵ ਸੋਹਿਲਾ ਸਿਰੋਰ ਸਿਰ ਜਨਹਾਰੋ ਤਮ ਗਾਵ ਮੇਰੇ ਨਿਰਪਉ ਕਾ ਸੋਹਿਲਾ ਹੋ ਲਾਰ ਜਿਤ ਸੋਇਲੇ ਸਦਾ ਸੁਖ ਹੋਇ ਰਾ ਨਿਤ ਨਿਤ ਜੀੜੇ ਸਮਲਿ ਅਣ ਦੇਖੇ ਕਾ ਦੇਵਨ ਹਾਰ ਇਰੇ ਦਾਨੇ ਕੀਮਤ ਨਾ ਪਵੇ ਤਿਸ ਦਾ ਤੇ ਕਿਮਤ ਸਮਾ ਸੰਦਸਾ ਲਿਖਿਆ ਮਿਲ ਕਰ ਪਾਵੋ ਮੇਲ ਦਿਓ ਸੰਜਣ ਅਸੀ ਸੜੀਆਂ ਜੋ ਹੋਵੇ ਸਾਇ ਸੁਮੇਂ ਕਰ ਕਰ ਇਹੋ ਪਹੁੰਚਾਂ ਸਦਰੇ ਨਿਤ ਪਵਨ ਸਦਰ ਹਾਰਾ ਸਹਮਰੀਆਂ ਨਾਨਕ ਸੇਦੇਵਨ ਵਾ 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 ਸਾਰਾ ਕੀਰਤਨ ਸੋਲਾ ਤੁਹਾਨੂੰ ਕੰਠ ਹੈ ਗਏ ਹਾਂਜੀ ਤੇ ਤੁਸੀਂ ਜਪਜੀ ਸਾਹਿਬ ਵੀ ਸੁਣ ਕੰਠਾ ਤੁਹਾਨੂੰ ਕੀਰਤਨ ਸੋਲਾ ਵੀ ਕੰਠਾ ਹੈ ਜਪ ਜਪ ਸਾਹਿਬ ਜਪ ਸਾਹਿਬ ਕਰਦੇ ਹੋ ਤੁਸੀਂ ਜਪ ਸਾਹਿਬ ਥੋੜਾ ਆਂਦਾ ਅੱਛਾ ਸ਼ਾਮਲੀ ਸ਼ੰਦੀ ਬੋਲ ਆਂਦਾ ਪੰਜਾਬੀ ਆਂਦੀ ਹੈ ਤੁਹਾਨੂੰ ਤੁਹਾਡੇ ਸਕੂਲ ਚ ਪੰਜਾਬੀ ਸਿਖਾਉਂਦੇ ਆ ਪੰਜਾਬੀ ਹਿੰਦੀ ਅੰਗਰੇਜ਼ੀ ਅੰਗਰੇਜ਼ੀ ਦੇ ਤੇ ਪੰਜਾਬੀ ਕਿੱਥੇ ਸਿੱਖੀ ਤੁਸੀਂ ਪੰਜਾਬੀ ਸਕੂਲ ਤੋਂ ਘਰ ਆ ਵੀ ਸਕੀਏ ਪਹਿਲਾ ਬੱਚਾ ਦਾ ਮੰਮੀ ਡੇਡੀ ਵਾਇਗਰੂਸ ਤੋਂ ਬੋਲਦੇ ਹੁੰਦਾ ਫਿਰ ਐਦਾ ਫਿਰ ਅਸੀਂ ਸਿੱਖੀ ਜਾਂਦੇ ਪੰਜਾਬੀ ਪਰ ਵੱਲੋਂ ਆ ਜਾਂਦੇ ਤੋਤਰਾ ਤੋਤਰਾ ਬੋਲਦਾ ਪਿਆ ਜਿੱਦਾਂ ਮੇਰੇ ਭਾਈ ਬੋਤ ਤੋਤਰਾ ਬੋਲਦਾ ਪੰਜਾਬੀ ਦੀ ਸਮਝ ਆਂਦੀ ਸਾਨੂੰ ਹੂੰ ਹੂੰ ਕਰੇ ਹਿੰਦੀ ਵੀ ਲੱਗ ਜਾਂਦਾ ਕਦੇ ਕਹਿੰਦੀ ਚ ਬੋਲ ਹੁੰਦਾ ਪੰਜਾਬੀ ਅਜਾ ਤੇ ਮਾਰੀ ਗਲਤੀ ਹੁੰਦੀ ਨਾ ਬੱਚੇ ਦੇ ਤੋਤਲੇ ਹੀ ਬੋਲ ਹੁੰਦਾ ਛੋੜੇ ਅੰਦਰ ਹੂੰ ਹੂੰ ਐਦਾ ਇੰਗਲਿਸ਼ ਨੂੰ ਇਹੀ ਕੋਈ ਹਿੰਦੀ ਨੂੰ ਸਾਰੀ ਭਾਦ ਸਿੰਘਾ ਨੂੰ ਆਂਦੀ ਦੀ ਗੁਰੂ ਗੋਬਿੰਦ ਸਿੰਘ ਸਤਿਯਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ 16 ਭਾਸ਼ਾਂ ਆਂਦੀਆਂ। ਅੱਛਾ। 16 ਭਾਸ਼ਾਂ ਆਂਦੀਆਂ। ਹੂੰ ਤੁਸੀਂ ਵੀ ਪੰਜਾਬੀ ਘਰ 'ਚ ਵੀ ਸਿੱਖੀ ਆਪਣੇ ਦਾਦਾ ਜੀ ਤੋਂ ਸਿੱਖੀ ਤੇ ਸਕੂਲ 'ਚੋਂ ਸਿੱਖੀ ਹੈ। ਤੇ ਪਾੜ ਕਰ ਲੈਂਦੇ ਦੇਖ ਕੇ ਤੁਸੀਂ। ਕਿ ਕਾਂਠੀ ਕਰਿਆ ਤੁਸੀਂ ਸਿੱਧਾ? ਅ ਜਪਜੀ ਸਾਹਿਬ ਤਾਂ ਮੈਂ ਘੁਟਕੇ ਜ਼ਕਰ ਲੈਂਦਾ ਥੋੜੀ ਗਲਤੀ ਮਿਸਟੇਕ ਹੁੰਦੀ ਹੈ ਮੇਰੀ ਵਿੱਚ। ਅੱਛਾ ਚਲੋ ਤੁਸਾਂ ਦੀ ਬਾਣੀ ਹੱਦੇ ਕਰ ਲੈਂਦਾ। ਅੱਛਾ ਅੱਛਾ ਤੁਹਾਨੂੰ ਆ ਪਤਾ ਵੀ ਆਪਣੇ 10 ਗੁਰੂ ਸਾਹਿਬਾਨ ਦੇ ਨਾਮ ਕਿਹੜੇ-ਕਿਹੜੇ 10 ਗੁਰੂ ਸਾਹਿਬਾਨ ਆ ਸੈਂ? ਹਾਂਜੀ ਦੱਸੋ ਫੇਰ ਸੁਣਾਓ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਦਰਗਹ ਰਾਕਿ ਹਰਕ੍ਰਿਸ਼ਨ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫੇਰ ਸੁਣਾਓ ਫੇਰ ਸੁਣਾਓ ਤੁਸੀਂ ਫੇਰ ਸੁਣਾਓ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਅਮਰਦਾਸ ਜੀ ਗੁਰੂ ਅਮਰਦਾਸ ਜੀ ਤੇ ਭੁੱਲ ਗਏ ਖਾਲਸੇ ਦੇ ਜਿਹੜੇ ਬੋਲੇ ਹੈਗੇ ਆ ਉਹ ਵੱਖਰੇ ਹੈਗੇ ਜਿਦਾ ਆਮ ਅਸੀਂ ਘਰਾਂ ਦੇ ਵਿੱਚ ਕਈ ਚੀ ਕਾ ਲਾਡਲੀਆਂ ਫੌਜਾਂ ਨਾ ਉਹ ਆਪਣੇ ਉਹਨਾਂ ਦੇ ਆਪਣੇ ਬੋਲੇ ਆ ਜੇ ਸਿੱਖ ਹੀ ਇੱਕ ਟੈਕਨੀਕਲ ਟਰਮਨੋਲੋਜੀ ਜਿੱਦਾਂ ਹਰ ਇੱਕ ਵਿਸ਼ੇ ਦੀ ਹੁੰਦੀ ਹੈ ਇਸ ਤਰ੍ਹਾਂ ਹੀ ਖਾਲਸਾ ਹੀ ਬੋਲੇ ਨੇ ਜਿਹੜੇ ਕਿ ਸਿੱਖਾਂ ਨੇ ਆਪ ਆਪਸ ਵਿੱਚ ਉਹ ਵਰਤਦੇ ਸੀ ਜਿਹੜੇ ਸਿੱਖ ਹੀ ਜ਼ਿਆਦਾ ਸਮਝਦੇ ਨੇ ਤਾਂ ਉਹ ਸਿੰਘ ਨੂੰ ਜਿਹੜੇ ਹੈਗੇ ਆ ਉਹ ਖਾਲਸਾ ਹੀ ਬੋਲੇ ਆਂਦੇ ਨੇ ਆਪਾਂ ਪੁੱਛ ਲੈਂਦੇ ਆ ਕਿਹੜੇ ਕਿਹੜੇ ਆਂਦੇ ਆ ਇਹਨਾਂ ਨੂੰ ਜਿਹਦਾ ਘਰਾਂ ਦੇ ਵਿੱਚ ਆਪਾਂ ਬਾਟੀ ਨੂੰ ਕੀ ਕਹਿੰਦੇ ਆ ਜੇ ਕੋਲੀ ਜੀ ਬਾਟੀ ਹਾਂ ਬਾਟੀ ਨੂੰ ਬੱਟਨੀ ਬੱਟਨੀ ਅੱਛਾ ਅੱਛਾ ਤਾਂ ਜਿਹੜਾ ਇੰਜਣ ਹੁੰਦਾ ਏ ਮਤਲਬ ਆਪਣਾ ਗੱਡੀ ਦਾ ਇੰਜਣ ਜਿਹੜਾ ਉਹਨੂੰ ਕੀ ਕਹਿੰਦੇ ਆ ਉਹ ਨੂੰ ਕਹਿੰਦੇ ਗੱਡਾ ਗੱਡਾ ਉਹਨੂੰ ਤੇਜਾ ਸਿੰਘ ਕਹਿੰਦੇ ਆ ਤੇਜਾ ਸਿੰਘ ਹਾਂ ਤੇਜਾ ਹਾਂ ਤੇ ਅੱਛਾ ਹੋਰ ਫਿਰ ਆਪਣਾ ਜਿੱਦਾਂ ਚੀਨੀ ਨੂੰ ਕੀ ਕਹਿੰਦੇ ਆ ਚੀਨੀ ਨੂੰ ਚੁੱਪ ਚੀਨੀ ਨੂੰ ਚੁੱਪ ਕਹਿੰਦੇ ਆ ਅੱਛਾ ਤੇ ਕੋਈ ਮੈਨੂੰ ਵੀ ਨਹੀਂ ਪਤਾ ਹੈਗਾ ਯਾਰ ਗਲਾਸ ਨੂੰ ਕੀ ਕਹਿੰਦੇ ਆ ਗਲਾਸ ਨੂੰ ਬੇਦਵਾਰ ਵੀ ਕਹਿ ਸਕਦੇ ਚਵਾਰਾ ਵੀ ਕਹਿ ਸਕਦੇ ਅਛੀ ਚਿਬਾਰਾ ਵੀ ਕਹਿ ਸਕਦੇ ਚਿਬਾਰੇ ਨੂੰ ਕੀ ਕਹਿੰਦੇ ਆ ਚਿਬਾਰੇ ਨੂੰ ਕਹਿੰਦੇ ਬੇਦਵਾਰਾ ਬੇਦਵਾਰਾ ਬੇ ਅੱਛਾ ਇਹਦਾ ਕੋਈ ਅਤਵਾਰ ਨਹੀਂ ਹੈਗਾ ਕਦੇ ਡਿੱਗ ਜੇ ਛੋਲਿਆਂ ਨੂੰ ਕੀ ਕਹਿੰਦੇ ਨੇ ਛੋਲਿਆਂ ਨੂੰ ਬਦਾਮ ਆਜਾ ਬਦਾਮ ਕਹਿੰਦੇ ਨੇ ਅੱਛਾ 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 ਹੋਰ ਖਾਲਸਾ ਹੀ ਬੋਲਿਆਂ ਬਾਰੇ ਕੀ ਤੁਸੀਂ ਤੁਹਾਨੂੰ ਸੁਣਾਉਣ ਲੱਗੇ ਸੀ ਪਿੱਛੇ ਸੁਣਾਇਆ ਸੀ ਕੀ ਸੀ ਉਹ ਇੱਕ ਬੱਕਰੀ ਨੂੰ ਬੋਲਦੇ ਆਕਾਸ਼ਪਰੀ ਆਕਾਸ਼ਪਰੀ ਅੱਛਾ ਘੋੜੇ ਨੂੰ ਅਗਨ ਅੱਛਾ ਜਿਹੜਾ ਸਿਰ ਤੋਂ ਗੰਜਾ ਹੈ ਉਹ ਗੰਜਾ ਨਹੀਂ ਸਦਰ ਹੂੰ ਉਹ ਸਦਣਾ ਕਲਗਾ ਸਿੰਘ ਕਿਹੜਾ ਸੇ ਕਲਗਾ ਸਿੰਘ ਹਾਂ ਅੱਛਾ ਬਨੇ ਕਲਗੀ ਹੁੰਦੀ ਲੱਗੀ ਵੀ ਕਲ ਕਲਗਾ ਨਹੀਂ ਹੁੰਦੀ ਸੀ ਤਦ ਹੀ ਹੁੰਦੀ ਉਹ ਬਣੇ ਵੀ ਬਾਲ ਦੀ ਉਹ ਜਿਹੜਾ ਬਾਲ ਹੁੰਦੇ ਨਾ ਬਾਲ ਉਹਨਾਂ ਦੀ ਕਲਗੀ ਬਣਾ ਸਕਦੇ ਅੱਦੇ ਅੱਛਾ ਅੱਛਾ ਅੱਦੇ ਕੁਰਪਜਾਮ ਕਪੜੇ ਕੁੱਪੜੇ ਦੇ ਕੋਈ ਬਣਾ ਸਕਦੇ ਕਲਗੀਆਂ ਬਣ ਜਾਂਦੀਆਂ ਹੂੰ ਹੂੰ ਹੋਰ ਫਿਰ ਲੰਗੜਨ ਸੱਚ ਅਲਾ ਸਿੰਘ ਹੂੰ ਸੱਚ ਅੱਛਾ ਹੈ ਜਦ ਕੰਨਾ ਤੇ ਬੋਲਾ ਨੂੰ ਚਵਾਰਾ ਚੜਿਆ ਅੱਛਾ ਚਵਾਰਾ ਚੜਿਆ ਚ ਉਹ ਕਹਿੰਦਾ ਉਹਨੂੰ ਤਾਂ ਬੋਲੇ ਚਵਾਰਾ ਚੜਿਆ ਹੂੰ ਜੀਰਾ ਗੁੰਗਾ ਹੋਵੇ ਉਹਨੂੰ ਕਹਿੰਦੇ ਜੀਬ ਵੱਡੀ ਜੀਬ ਵੱਡੀ ਨਹੀਂ ਬੋਲਦੇ ਗੁੰਗਾ ਨਹੀਂ ਵਾਲਾ ਉਹਨੂੰ ਜੀਬ ਵੱਡੀ ਕਹਦੇ ਨਾ ਹੂੰ ਹੂੰ ਜੇ ਇੱਕ ਅੱਖ ਦੇ ਕਾਣਾ ਉਹਨੂੰ ਕਹਣਾ ਲਖੇਰਾ ਜੋ ਦੋ ਅੱਖ ਦੇ ਕਾਣਾ ਹੈ ਉਹਨੂੰ ਕਹਣਾ ਲਖਰਾ ਸਿੰਘ ਦਾ ਬੋਤਰ ਲਖਰਾ ਸਿੰਘ ਲਖਨੇਤਰਾ ਲਖਨੇਤਰਾ ਹਾਂ ਲਖਨੇਤਰਾ ਇੱਕ ਅੱਖ ਵਾਲੰਦਾ ਅੱਛਾ 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 ਠੀਕ ਹੈ ਹੋਰ ਉਹਨੇ ਪਾਇਦੇਆ ਸਿੰਘ ਦੇ ਬਾਅਦ ਮਾ ਪਾਇਦੇਆ ਸਿੰਘ ਫੇਰ ਚੱਲ ਕੇ ਡਿਊਟੀ ਉੱਰ ਫੇਰ ਠਾਡੀ ਹਸਾਇ ਉਹਨਾਂ ਨੇ ਉਹਨਾਂ ਨੇ ਪੁੱਛਿਆ ਜ ਮਹਾਰਾਜ ਜੀ ਨੇ ਪੁੱਛਿਆ ਤੁਸੀਂ ਠੱਡ ਫੁਕਣੀ ਵੇਲੇ ਵੇਜਾ ਖਾਣੂ ਦੇ ਚਾਰੇ ਉਹਨੇ ਕਿਹਾ ਵੇੜੇ ਵਿੱਚ ਖਾਣਾ ਮੇਰੇ ਜਾ 2.5 ਕਿਲੋ ਕਿਲੋ ਦੇ ਬਾਟ ਆਏ ਦੇਖਣਾ ਤਾਂ ਕਹੇ ਬਾਬਾ ਜੀ ਮੈਨੂੰ ਪਤਾ ਨਹੀਂ ਵੇੜੇ ਹੁੰਦੇ ਨਾ ਹੀ ਕੋਈ ਨਾ ਢਿੱਡ ਫੁਕਣੀ ਕੀ ਹੁੰਦੀ ਹੈ ਢਿੱਡ ਫੁਕਣੀ ਹੁੰਦੀ ਚਾਹ ਅੱਛਾ ਚਾਹ ਛਕ ਲੈਣਾ ਹਾਂ ਹਾਂ ਦੁੱਧ ਨੂੰ ਸਮੁੰਦਰ ਅੱਛਾ ਦੁੱਧ ਨੂੰ ਸਮੁੰਦਰ ਪਾਣੀ ਨੂੰ ਪਾਣੀ ਗੱਲ ਨੇ ਨੀਰ ਓਕੇ ਦੁੱਧ ਨੂੰ ਸਮੁੰਦਰ ਨਾਲੇ ਅਮਰ ਹਾਂ ਹਾਂ ਇਹ ਇਹ ਸਾਰੇ ਨੇ ਬੋਲੇ ਕਿੱਥੋਂ ਸਿੱਖੇ ਮੈਂ ਹਾਂ ਜੇ ਮੈਨੂੰ ਹੋਰ ਬੋਲੇਆ ਅੱਛਾ ਅੱਛਾ ਪਰ ਬੂਣਾ ਨੇ ਕਿਹਾ ਬਾ ਟਾਡੀ ਨੇ ਬਾਬਾ ਜੀ ਅਬੀ ਛੁੜ ਛਗਾ ਨੇ ਕਿਹਾ ਬੋਸ ਵਾ ਲੱਗ ਰਿਹਾ ਨੇ ਕਿਹਾ ਚੱਲ ਛਕ ਲੈਣਦੇ ਆਪਾਂ ਜਾਂ ਰਾਤ ਰਿਓ ਪੱਤੀਆਂ ਰੋਟੀਆਂ ਇੱਕ ਇੱਕ ਤਲੀ ਤੇ ਰੱਖੀਆਂ ਨਾ ਕਹਿੰਦੇ ਬਾਬਾ ਜੀ ਤੁਮੈਨੂੰ ਪਤਾ ਨਹੀਂ ਹੁੰਦਾ ਇਹ ਬਿਸਕੁਟ ਹੁੰਦੇ ਹੂੰ ਜਦ ਮੈਂ ਪ੍ਰਧਾਨ ਮੈਂ ਅਗਰ ਉਹ ਬਿਸਕੁਟ ਲੈ ਆ ਰਾਤ ਵਾਲੇ ਹੂੰ ਭਈਆਂ ਰੋਟੀਆਂ ਨੂੰ ਬਿਸਕੁਟ ਕਹਿੰਦੇ ਹੈ ਰਾਤ ਵਾਲੀਆਂ ਰੋਟੀਆਂ ਨੂੰ ਸਾਲੇ ਸਵੇਰਾ ਅੱਛਾ ਹੋਰ ਕਿਹੜੇ ਬੋਲੇ ਜਾਂਦੇ ਹਨ ਹੁਣ ਜਲ ਜੀਰਾ ਗੂਠੇ ਆ ਹੋਣਾ ਹੁਣ ਗੁੱਠੂ ਸਿੰਘ ਬੋਲਣਾ ਨਹੀਂ ਗੂਠਾ ਟੁੱਟਿਆ ਨਹੀਂ ਬੋਲਣਾ ਗੁੱਸਾ ਗੂਠਾ ਵੱਡ ਹੋ ਗਿਆ ਤੇਰਾ ਗੂਠਾ ਵੱਡ ਹੋ ਗਿਆ ਹੂੰ ਉਹ ਮੈਂ ਦੱਨੀ ਬੋਨ ਉਹ ਕਹਣਾ ਗੂਠਰ ਸਿੰਘ ਗੂਠਰ ਸਿੰਘ ਅੱਛਾ ਇਹ ਰੇ ਉਹ ਜਿਹੜੀ ਬਾਜ ਹੁੰਦਾ ਨੂੰ ਕੱਲਾ ਸਿੰਘ ਕਹਿੰਦੇ ਆ ਕੱਲਾ ਅੱਛਾ ਕੱਲਾ ਹੁੰਦਾ ਨਾ ਹਵਾ ਵਿੱਚ ਵੀ ਉੜਦਾ ਕੱਲਾ ਹੂੰ ਤਾਂ ਕਰਕੇ ਗੋਮ ਕਾ ਨੂੰ ਪੱਠੇ ਕਹਿੰਦੇ ਬਾਉ ਨੇ ਤੁਹਾਡੀ ਬਾਬਾ ਜੀ ਰਾਤ ਹੋਈ ਨੰਮੇ ਪਈਏ ਬਣ ਗਿਆ ਨੰਮੇ ਪੈਂਦੇ ਘੋਟ ਪੱਠੇ ਬਣ ਗਿਆ ਉਹ ਸੋਈ ਜੀ ਬਾਬਾ ਜੀ ਸੋਈਏ ਹੂੰ ਉਸੋਏ ਉਹ ਕਹਿੰਦੇ ਸੋਇਂਦੇ ਹੁੰਦੇ ਸੌਂਦੀ ਹੁੰਦੀ ਸੁਸਰੀ ਹਮ ਲੈ ਅੱਛਾ ਉਹਨੇ ਕਿਹਾ ਨਮਾ ਪੈ ਜਾਂ ਨਮਾ ਪੈ ਲੈਂਦੇ ਉਹਨੇ ਕਿਹਾ ਲੰਮ ਨਾ ਲੇੜ ਲੈਂਦੇ ਉਹਨੇ ਕਿਹਾ ਲੈ ਖੋਤਾਏ ਅੱਛਾ ਫਿਰ ਜਦ ਦਮਾਲੇ ਨੂੰ ਦਸਤਾਰ ਸਾਧਦੇ ਨੇ ਤੁਹਾਨੂੰ ਪਤਾ ਹਾਂਜੀ ਸਿੰਘ ਕੀ ਕਰਦੇ ਸੀ ਸਿੰਘ ਸਿੰਘ ਕੋਟਾ ਵਾਲਾ ਸਿੰਘ ਕੁੰਡੇ ਨੂੰ ਕੁੰਡਾ ਸਿੰਘ ਕੁੰਡਾ ਕੁੰ ਕੁੰਡੀ ਕੁੰਡੂ ਸਭ ਕੁੰਡੂ ਹੁੰਦਾ ਇੱਕ ਛੂੜੂ ਲਾ ਹੁੰਦਾ ਉਹ ਦੇਖਿਆ ਇਹਨੂੰ ਕਹਿੰਦਾ ਹੂੰ ਹੂੰ ਇਹਨਾਂ ਕਹ ਉਹਨੂੰ ਮੋਗਾ ਹੁੰਦਾ ਉਹਨਾਂ ਨੂੰ ਨੂਗੀ ਲੋਹੇ ਨਾਲ ਕਰ ਸਕਦੇ ਜਾ ਸਾਡੇ ਕੋਲ ਕੁੰਡਾ ਨਹੀਂ ਹੁੰਦਾ ਨਾ ਅਸੀਂ ਕਿ ਚਲਾਈਦਾ ਵੇੜੇ ਵਿੱਚ ਘੋਟਾ ਲਾਈ ਜਾਂਦਾ ਵੇੜਾ ਹੁੰਦਾ ਵੇੜਾ ਉਹ ਵਾਲਾ ਨੇ ਵੇੜੇ ਵਿੱਚ ਉਹ ਵਾਲੇ ਵੇੜੇ ਚ ਲਾਈਦਾ ਪਰ ਵੇੜਾ ਹੁੰਦਾ ਇੱਕ ਬਾਟਾ ਦੋ ਇਹ ਚੀਜ਼ਾਂ ਚਲਾਈ ਅੱਛਾ ਵੇੜੇ ਬੇਲੇ ਲਾਯਾ ਬੇੜੀ ਅੱਛਾ ਦੇਖੋ ਕੁੰਡਾ ਲੈ ਲਿਆ ਹਾਂ 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 ਜਾਂ ਹੁਣ ਅਸੀਂ ਕੱਪੜੇ ਧੋਂਦੇ ਨਾ ਉਹ ਕਹ ਕਹਿੰਦੇ ਸਾਨੂੰ ਤੁਹਾਨੂੰ ਪਤਾ ਸਰਪ ਹੁੰਦਾ ਨਹੀਂ ਨਾ ਉਹ ਕਹਿੰਦੇ ਸਰਪ ਰੋੜਾ ਅੱਛਾ ਜੇ ਮੋਟਰਸਾਈਕਲ ਨੂੰ ਗੱਡਾ ਜਾਂ ਹੱਦ ਨੂੰ ਉਡਣ ਪਟੋਲਾ ਉਡਣ ਪਟੋਲਾ ਅੱਛਾ ਗੱਡੀ ਨੂੰ ਗੱਡਾ ਹੂੰ ਗੱਡੇ ਨੂੰ ਗੱਡਾ ਮੋਟਰਸਾਈਕਲ ਨੂੰ ਗੱਡਾ ਜਹਾਜ 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 ਨੂੰ ਤੁਹਾਨੂੰ ਦੱਸਦਾ ਮੈਂ ਉਹਨਾਂ ਨੂੰ ਭਟੋਲਾ ਹੋਰ ਜੋ ਅਸੀਂ ਨਾ ਕਹਿੰਦੇ ਨਾ ਜਿਹੜਾ ਨੱਕ ਉਹਨੂੰ ਨੱਕ ਵੱਡੀ ਕਹਿੰਦੇ ਨਾ ਉਹਨੂੰ ਕਹਿੰਦਾ ਨਕੜਾ ਸਿੰਘ ਨਕੋੜਾ ਸਿੰਘ ਫਿਰ ਇੰਨੇ ਬੋਲੀ ਮੈਂ ਸਿੱਖਿਆ ਕਿਤੋਂ ਸਿੱਖਿਆ ਤੁਸੀਂ ਇਹਨੇ ਬੋਲੀ ਦਾਦਾ ਜੀ ਨੇ ਮੈਨੂੰ ਫੋਨ 'ਚ ਸਿਖਾਇਆ अच्छा क्या बात है क्या बात है खालसाई बोलियां ਨੂੰ ਉਹ ਬੜੇ ਚਾ ਨਾਲ ਜਿੱਥੇ ਸੁਣਾਉਂਦਾ ਹੈ ਉੱਥੇ ਆਪਣੇ ਬੋਲਾਂ ਵਿੱਚ ਪ੍ਰਯੋਗ ਵੀ ਕਰਦਾ ਹੈ ਸਿੱਖੀ ਰੰਗ ਵਿੱਚ ਰੰਗੇ ਅਵਰਾਜ ਸਿੰਘ ਨੂੰ ਜਿੱਥੇ ਅਨੇਕ ਬਾਣੀਆਂ ਕਾਂਠ ਹਨ ਉੱਥੇ ਕਈ ਸਾਖੀਆਂ ਵੀ ਯਾਦ ਹਨ ਜਿਨ੍ਹਾਂ ਨੂੰ ਉਹ ਆਪਣੇ ਸ਼ਬਦਾਂ ਦੀ ਕਲਾ ਰਾਹੀਂ ਇੱਕ ਫਿਲਮ ਦੀ ਤਰ੍ਹਾਂ ਚਲਾ ਦਿੰਦਾ ਹੈ ਕਿੰਨੀਆਂ ਸਾਖੀਆਂ ਆਂਦੀਆਂ ਤੁਹਾਨੂੰ ਤਿੰਨ ਕਿਹੜੇ-ਕਿਹੜੀਆਂ ਸਾਖੀਆਂ ਐ ਸੇਰਗੁਰ ਨਾਨਕਦੇਵ ਜੀ ਦੀ ਭਾਈ ਮੱਝ ਜੀ ਦੀ ਅ ਗੁਰੂ ਕਉਨ ਸਰ ਆਪਾਂ ਹੁਣ ਤੈਨੂੰ ਤਾਂ ਨਹੀਂ ਸੁਣ ਸਕਦੇ ਤੇ ਇੱਕ ਜਿਹੜੀ ਤੁਹਾਨੂੰ ਕਹਿੰਦਾ ਵੀ ਮੈਨੂੰ ਤੁਸੀਂ ਵਾਰ-ਵਾਰ ਸੁਣਾਉਂਦੇ ਹੋ ਤਾਂ ਤੁਹਾਨੂੰ ਬਹੁਤ ਚੰਗੀ ਲੱਗਦੀ ਕਿਹੜੀ ਚੰਗੀ ਲੱਗਦੀ ਤੁਸੀਂ ਮੈਨੂੰ ਤਾਂ ਬਾਬਾ ਬੋਤੋਸ ਨਹੀਂ ਲੱਗਦੀ ਅੱਛਾ ਬਾਬਾ ਬੋਤੋਸ ਨਹੀਂ ਲੱਗਦੀ ਅੱਛਾ ਆਪਾਂ ਉਹ ਹੀ ਸੁਣਦੇ ਆ ਇਹ ਕੀ ਤੂੰ ਸਿੱਖੀ ਤੁਸੀਂ ਇਹ ਮੈਂ ਫੋਨ ਚੋਂ ਸਿੱਖਿਆ ਮੋਬਾਈਲ ਅੱਛਾ ਮੋਬਾਈਲ ਚੋਂ ਨਾਲ ਕਹਿੰਦੇ ਮੈਂ ਮੋਬਾਈਲ ਕੱਟ ਚਲਾਉਂਦਾ ਨਹੀਂ ਚਲਾਉਂਦਾ ਨਹੀਂ ਹਾਂ ਉਹ ਜਦ ਮੈਂ ਸਾਖਿਆ ਸਿੱਖ ਲੈਂਦਾ ਅੱਛਾ ਸਾਖਿਆ ਸਿੱਖ ਲੈਂਦੇ ਠੀਕ ਹੈ ਤੁਸੀਂ ਫਿਰ ਹੁਣ ਹੁਣ ਨਾਉ ਦਿ ਬੀਆ ਅੱਛਾ ਅੱਛਾ ਸਿੱਧੇ ਹੋ ਕੇ ਬੈਠਣਾ ਫਿਰ ਤੁਸੀਂ ਹੁਣ ਥੱਕ ਗਏ ਅੱਛਾ ਫਿਰ ਸੁਣਾਓ ਹੁਣ ਬਾਬਾ ਬੋਤਾ ਸਿੰਘ ਵਾਲੀ ਥੋੜੀ ਸਾਖੀ ਸੁਣਾਓ ਸੰ ਪੂਰੀ ਜੀ ਸਾਰਾ ਪੂਰੀ ਸੁਣਾ ਦਿਓ ਚਲੋ ਫਿਰ ਇੱਕ ਦਿਨ ਬਾਬਾ ਬੋਤਾ ਸਿੰਘ ਦਰਿਆ ਵਿੱਚ ਇਸ਼ਨਾਨ ਕਰਨ ਲੱਗੇ ਅੱਛਾ ਉਹਨਾਂ ਦਾ ਛੇੜ ਆ ਗਿਆ ਉਹਨਾਂ ਇੱਕ ਛੇੜਾ ਖੁੱਲ ਲੱਗੇ ਜੀ ਅੱਛਾ ਉਹਨਾਂ ਦਾ ਛੇੜ ਆ ਗਿਆ ਛੇੜੇ ਦਾ ਹੁਣ ਕਹੇ ਮੱਟੋ ਰੱਟੋ ਕਿੱਥੇ ਆ ਫਿਰ ਉਹਨਾਂ ਦੇ ਛੇਤੀ ਛੇੜਾ ਪਿਆ ਉਹਨਾਂ ਦੇ ਕੋਲ ਕੰਪੜੇ ਨਹੀਂ ਹੁੰਦੇ ਪਾਉਣ ਨੂੰ ਉਹ ਦਿਨ ਓਠਰਿਆ ਰਾਹ ਨੱਠੇ ਦੌਰੇ ਮਰ ਗੱਡਾ ਸਿੰਘ ਬੋਤਾ ਸਿੰਘ ਇਕੱਠੇ ਰਹ ਗਰਜਾ ਸਿੰਘ ਕੋਈ ਹੋਰ ਆ ਟਪਿਓ ਨੂ ਗੱਜਾ ਸਿੰਘ ਚੱਲ ਗਿਆ ਨਾ ਦੁਰਸਾਹ ਜਿੱਥੇ ਉਹ ਨੱਕਾ ਲਾ ਕੇ ਬੈਠੇ ਹਮ ਆਨੰਦਪੁਰ ਸਾਹਿਬ ਜਿੱਥੇ ਨੱਕਾ ਲਾ ਰੋਣਾ ਨਹੀਂ ਅੱਛਾ ਅੱਛਾ ਗੋ ਬੋਤਾ ਸਿੰਘ ਚੱਪ ਗਿਆ ਜਿੱਥੇ ਜੰਗਲ ਹੈ ਜੰਗਲਾ ਵਿੱਚ ਚੱਲ ਗਿਆ ਹਮ ਹਮ ਮੈਂ ਦੋਨੇ ਲੰਗ ਲਾ ਆਰਾਮ ਚ ਗਏ ਬੋਤਾ ਸਿੰਘ ਨਾਲ ਗਰਜਾ ਸਿੰਘ ਦੇ ਮੋਰੇ ਬੂਤਾ ਗਰਿਆ ਐਦਾ ਫੜਿਆ ਨਾ ਅੱਧਾ ਫੜ ਗਿਆ ਦੇ ਛਾਲ ਮਾਰਤੀ ਹੂੰ ਫਿਰ ਮੋਰੇ ਸਵੇਰਾ ਹੋਈ ਅੜ ਮੁਸੰਮਨ ਚੂੜੇ ਆਰੇ ਕਰੇ ਉਹ ਆਪਣੇ ਬਚੰਦੇ ਯਾਰ ਆ ਗਏ ਕਹਿੰਦੇ ਮੈਨੂੰ ਬਚੰਦੇ ਜਿਆਦਾ ਆ ਉਹ ਮਾਂ ਨਹੀਂ ਸਕੀ ਸੱਚੇ ਵੱਲਾ ਦੱਸਦੀ ਹੂੰ ਉਹਦੀ ਅਕਾਰ ਚੱਲਣਾ ਹੋ ਗਿਆ ਉਹਨਾਂ ਦਾ ਹੂੰ ਫਿਰ ਉਹ ਉੱਠ ਕੇ ਚੂਲੇ ਮਾਰੇ ਪੰਜ ਹੂੰ ਉਹ 3 ਵਜੇ ਉੱਠ ਗਈ ਉਹ ਵੀ ਜੇ ਫਿਰ ਸਮਨ ਜੱਪਿਆ ਪਹਿਲਾਂ ਫਿਰ ਜਪਜੀ ਸਾਹਿਬ ਸਾਰੀ ਬਾਣੀ ਕਰੇ ਪਰ ਦਾਸ ਕਰੀ ਸਨੇਕ ਵੀ ਪਿੱਛੇ ਖੜਿਆ ਦਾ ਸਨੇਕ ਪਿੱਛੇ ਦਾ ਸੱਪ ਨੂੰ ਪਚੰਗ ਸਾਦੇ ਸੱਪ ਨੂੰ ਪਚੰਗ ਸਾਦੇ ਉਹ ਸਿੰਘਾਂ ਬੋਲਾ ਚੀਤੇ ਭੁੱਲ ਗਿਆ ਮੈਨੂੰ ਕੋਈ ਗੱਲ ਨਹੀਂ ਕੋਈ ਗੱਲ ਫਿਰ ਪਚੰਗੂਰੇ ਪਿੱਛੇ ਖੜਿਆ ਉਹ ਦੇਖਦਾ ਮੈਂ ਬਾਹਰ ਪਚੰਗ ਬਾਜ ਬੈਠਾ ਜਦੋਂ ਦਾਸ ਪੂਰੀ ਹੋਈ ਤਾਂ ਬਾਜ ਆਇਆ ਉੜਿਆ ਲੈ ਗਿਆ ਉਹਨ ਚੱਕ ਕੇ ਉਹ ਉਹਨੂੰ ਨੱਕਾ ਦੇਖ ਲਿਆ ਇੱਕ ਬੰਦੇ ਨੂੰ ਮਾਰਦਾ ਟਾਡੀ ਟਾਡੀ ਨੂੰ ਮਾਰਦਾ ਹੈ ਬੂਤ ਬੰਦਾ ਮੈਂ ਖੋਤੇ ਵਾਲਾ ਬੰਦਾ ਉਹਰੇ ਉਹ ਲੱਕੜੀਆਂ ਲੈ ਕੇ ਚੱਲੇ ਉਹ ਖੋਤੇ ਲੈ ਕੇ ਆਪਣੇ ਤਾਂ ਬੰਦਾ ਉਹ ਗਰੀਬ ਹੋtheta ਰਹਾ ਦਾ ਉਹ ਲੱਕੜੀਆਂ ਲੈ ਕੇ ਚੱਲੇ ਮਨੇ ਕਿਹਾ ਉਹਨੇ ਕਿਹਾ ਬਿਨਾ ਕਾਰ ਹੁੰਦਾ ਪੈਸਾ ਟਕਾ ਨਾ ਫਿਰ ਜੇ ਟਕਾ ਹੁੰਦਾ ਨਾ ਹਾਂ ਦਾ ਸਾਨੂੰ ਪਤਾ ਪੈਸਾ ਹੂੰ ਸਿੱਕਾ ਹੂੰ ਹੂੰ ਉਹ ਹੀ ਹੁੰਦਾ ਇਹ ਸੁਣਿਆ ਬੰਮੈਂ ਅੱਛਾ ਫਿਰ ਉਹਨਾਂ ਨੇ ਕਿਹਾ ਗੱਲੋ ਟੱਕਾ ਦੇ ਉਹਨਾਂ ਨੇ ਟੱਕਾ ਰੋਬੀਨਾ ਕਰਦੇ ਕਿੱਥੇ ਤੁਰਿਆ ਮਨਾਂ ਕਿ ਹਜੂਰ ਇਹ ਲੱਕੜੀਆਂ ਮੈਂ ਆਪਣੇ ਘਰ ਲੈ ਜਾ ਰਿਹਾ ਉਹਨੇ ਕਿ ਇਹ ਸਾਨੂੰ ਸਭ ਕੁਝ ਨਹੀਂ ਦੱਸ ਹਾਂ ਜੇ ਇਸ ਰਸਤੇ ਨੂੰ ਜਾਣਾ ਤਾਂ ਮੁਗਲ ਹਕੂਮ ਨੂੰ ਕਰ ਦੇਣੀ ਪੈਣੀ ਅੱਛਾ ਉਹਨੂੰ ਕਿ ਪਰ ਮੇਰੇ ਕੋਲ ਤਾਂ ਖੁਸ਼ੀ ਨਹੀਂ ਦਿਨ Hindu ਹੋਵਜਾਰਾ ਹਾਂ ਲਗਾ ਜਾ ਫੇਰ ਲੱਕੜੀਆਂ ਤਾਂ ਛੱਡ ਦੇ ਫੇਰ ਸਾਡਾ ਲੱਤ ਮਾਰੀ ਅਗਰ ਸਾ ਮਾਰਿਆ ਆਨੇ ਸਾ ਮਾਰਿਆ ਉਹਨੇ ਆ ਉਨੇ ਆਏ ਆਲੇ ਇਹ ਆਲੇ ਜਾ ਆਬ ਆ ਜੇ ਤੀਜੀ ਵਾਰ ਬੋਲਾਂ ਨਾ ਇਹ ਆ ਕਾਉਂਰ ਪਿੱਛੇ ਬੋਤਾ ਸਿੰਘ ਨੇ ਇੰਧਰ ਅਸਰੀ ਪਰੀ ਵੀ ਉਹ ਘੁੱਟ ਗਏ ਲੱਗਾ ਇਹ ਸਿੱਖਣਾ ਕਿ ਤੇ ਸਿੰਘ ਨੂੰ ਸਿੱਖੜਾ ਸਾਦੇ ਬਾਸਾ ਬੰਦਰ ਅੱਛਾ ਤੇ ਡੀ ਨਾਲ ਸਿੰਘ ਨੂੰ ਡਿੱਡੀ ਦਾਲ ਸਾਦੇ ਸਿੰਘ ਕਿਹਨੂੰ ਡਿੱਡੀ ਦਾਲ ਸਾਦੇ ਮੁਗਲਾਂ ਨੂੰ ਮੁਗਲਾਂ ਨੂੰ ਅੱਛਾ ਹਿੰਦੂ ਨੂੰ ਕੁਝ ਤਾਂ ਹਿੰਦੂ ਉਹਦੇ ਫਰੈਂਡ ਨੇ ਦੋਸਤ ਹੈ ਅੱਛਾ ਉਹ ਬੰਦਾ ਸਿੰਘ ਬਾਹਰ ਬੰਦਾ ਸਿੰਘ ਬਾਹਰ ਤੋਂ ਬਾਹਰ ਮ ਆਏ ਦੇ ਅੱਛਾ ਤਾ ਉਹ ਖਤਮ ਹੋਇਆ ਤਾਂ ਉਹ ਬੋਤਾ ਸੰਗ ਆ ਗਿਆ ਅੱਛਾ ਗੜਜਾ ਤਾਂ ਫਿਰ ਉਹ ਨਾਲ ਹੀ ਹੋ ਗਿਆ ਕਾ ਓ ਚੱਲ ਗਈ ਸਵੇਰਾ ਉਹ ਨਾਲ ਉਹ ਗੜਜਾ ਸੰਗ ਜਿੱਥੇ ਨੱਕਾ ਲੰਦੇ ਨੇ ਮਗਰ ਉੱਥੇ ਉੱਥੇ ਉਹ ਵੀ ਪੁੱਛੇ ਉਹ ਉਹ ਉੱਥੇ 5 ਕਿਲੋਮੀਟਰ ਦੂਰ ਤੇ ਅੱਛਾ ਮਾੜੇ ਤਾਂ ਉੱਥੇ ਫਿਰ ਆਏ ਤਾਂ ਫਿਰ ਲੱਭਾ ਪਤਾ ਕਰੀਏ ਕਹਿੰਦੇ ਵਾਹਿਗੁਰੂ ਜੀ ਦਾ ਸਭ ਤੋਂ ਪਹਿਲਾਂ ਗੜਜਾ ਨੇ ਬੋਲਿਆ ਗੜਜਾ ਸਿੰਘ ਨੇ ਤੇ ਫਿਰ ਬਾਬਾ ਬੋਤਾ ਸੰਗ ਨੇ ਬੋਤਾ ਸਿੰਘ ਨੇ ਦੋ ਚੱਕਰ ਲਾਇਆ ਪੀ ਦਵਾਲ ਨਾਲ ਨਹੀਂ ਗਰਜਾ ਸਿੰਘ ਨੇ ਪੰਜ ਦਵਾਲੇ ਬੰਨੇ ਆ ਨਾਲ ਪੰਜ ਦਵਾਲੇ ਬੋਤਾ ਸਿੰਘ ਨੇ ਗਰਜਾ ਸਿੰਘ ਨੇ ਪੰਜ ਦਵਾਲੇ ਦੋਨਾਂ ਨੇ ਦੋ ਚੱਕਰ ਲਾਇਏ ਵੇ ਦੋ ਚੱਕਰ ਲਾਇਏ ਜਦੋਂ ਤੁਸੀਂ ਇੱਕ ਲਾਇਆ ਹੈ ਨਾ ਹਾਂ ਅਸੀਂ ਦੇ ਅੱਛਾ ਅੱਛਾ ਸਰ ਕੋ ਲੈ ਕੇ ਨਾ ਅੱਛਾ ਜੋ ਐ ਬਥੇਰੀ ਸ਼ਾਸਤਰ ਐ ਅੱਛਾ ਅੱਛਾ ਹਾਂ ਇਹ ਸ਼ਾਸਤਰ ਵੀ ਦੇਖਣੇ ਆ ਤੁਹਾਡੇ ਫਿਰ ਇੱਚ ਪਿਆ ਅੱਛਾ ਕੋਈ ਨਹੀਂ ਅੱਗੇ ਸੁਣਾਓ ਫਿਰ ਫਿਰ ਉਹ ਜਿਹੜੇ ਬੋਤਾ ਸਿੰਘ ਲੜੇ ਉਹਨੇ ਉਹਨੇ ਇੱਕ ਮੁਗਲੇ ਕੰਦਾ ਹੈ ਇਹ ਕਰ ਤੁਸੀਂ ਉਹਨੇ ਕਿ ਕਰ ਕਾਨੂੰ ਤੁਸੀਂ ਕਰ ਦੇਵੇ ਮੈਂ ਕਿ ਇਹ ਤੁਸੀਂ ਕਰ ਕਾਨੂੰ ਲੈਣ ਲਗੇ ਉਹਨੇ ਕਿਹਾ ਉਹਨੇ ਕਿ ਇਹਦਾ ਹਕੂਮਨ ਮੁਗਲਾ ਦੀ ਹੈ ਇਹ ਤਾਂ ਮੁਗਲੀ ਤੋਂ ਨੂੰ ਕਿ ਉਹਨੇ ਗੜ ਜਾ ਸੀ ਨਾ ਕਿਹਾ ਇਹ ਨਿਸ਼ਾਨ ਸਭ ਝੂਲਦਾ ਦਿਖ ਰਿਹਾ ਜਿੱਥੇ ਨਿਸ਼ਾਨ ਸਭ ਝੂਲਦਾ ਉੱਥੇ ਖਾਸੇ ਦਾ ਪਰਚਨ ਦਾ ਖਾਸਿਆ ਪਰਚਨ ਹੁੰਦਾ ਏ ਹਾਂ ਉਹਨਾਂ ਦਾ ਦੋ ਸਿੰਘਾਲਾ ਲਾਣ ਰਾਜ ਦਾ ਹਾਂ ਉਹਨਾਂ ਮੈਂ ਥੋੜੀ ਸ਼ਿਕਾਇਤ ਕੁਮ ਮੰਦਗ ਉਹਨਾਂ ਕਿ ਅਸੀਂ ਉਹਨੀ ਚਿੱਟੀ ਖੋਈ ਤਾਲੀਆ ਮੇਰਾ ਚਿੱਠੀ ਲਗਾਏ ਸਿੰਘ ਬੋਤਾ ਹੱਥ ਵਿੱਚ ਮੋਟਾ ਸੋਠਾ ਰਾਜ ਗਾੜ ਖਲੋਤਾ ਅੰਨਾ ਗੱਡੇ ਨੂੰ ਪੈਸਾ ਟੱਕਾ ਖੋਤਾ ਆਖਿਆ ਤੂੰ ਨਾ ਲੈ ਖੋਤਾ ਤੇ ਤੋ ਰਾਜ ਨਹੀਂ ਹੁੰਦਾ ਜੇ ਰਾਜ ਕੋਈ ਹੁੰਦਾ ਆਖੀ ਭਾਬੀ ਘਾਨੂੰ ਤੇਰਾ ਜੋ ਹੈ ਸਿੰਘ ਬੋਤਾ ਦੇਓ ਬੋਣੀ ਦੇਓ ਰੋਚੇ ਫਿਰ ਉਹਨੇ ਗਾਣਾ ਗਾਇਆ ਵਾ ਮੈਂ ਕੱਲ ਸੁਣਿਆ ਨਹੀਂ ਉੱਥੇ ਗੱਡੋ ਗਾਇਆ ਇੱਕ ਜਪਨਾ ਮਾਈ ਦਾ ਹਾਂ ਦੋ ਤਾਂ ਕਰਕੇ ਗਾਣਾ ਕਿਹੜਾ ਗਾਇਆ ਸੀ ਇੱਕ ਬੋਤਾ ਸਿੰਘ ਆਇਆ ਇੱਕ ਜਪਨਾ ਮੰ ਗਾਇਆ ਹਾਂ ਬੋਤਾ ਸਿੰਘ ਦਾ ਸੁਣਾਓ ਹੁਣ ਫਿਰ ਤੁਸੀਂ ਮਮਾ ਹਜੇ ਸਾਕੀ ਮੁੱਕੀ ਨਹੀਂ ਆ ਅੱਛਾ ਸਾਕੀ ਨਹੀਂ ਤਾਂ ਫਿਰ ਉਹਨੇ ਕਿਹਾ ਉਹਨੇ ਚਿੱਕੀ ਪੜੀ ਉਹਨੇ ਕਿਹਾ ਉਹਨਾਂ ਤੇ ਸმოਸਨਾਮ ਨਹੀਂ ਹੋਈ ਉਹਨੂੰ ਜੱਕ ਰਿਹਾ ਹਾਂ ਉਨੇ ਕਾ ਤੈਨੂੰ ਸਲਾਮ ਦਾ ਕੋਈ ਫਰਕ ਨਹੀਂ ਪੈਂਦਾ ਉਹਨੇ ਕਿਹਾ ਹਯੂਰ ਜੀ ਇਹ ਇਹ ਤੁਹਾਨੂੰ ਸਿੱਖਣਾ ਪਰਚਾ ਲੈ ਕੇ ਆਉਣੇ ਗਿਆ ਸਿੱਖ ਸਿੱਖ ਰਾਇ ਇਸ ਦੁਨੀਆ ਦੇ ਹੈ ਨਹੀਂ ਉਹ ਖਤਮ ਕਰਦੇ ਮਨੇ ਕਹ ਹੈ ਗਿਆ ਸਿੱਖ ਲੱਗਿਆ ਦੇਖੋ ਕਿਆ ਲਿਖਿਆ ਹੋਇਆ ਸਿੱਖੜਿਆਂ ਨੇ ਪਰਚੇ ਵਿੱਚ ਜਾ ਹੁਣ ਪਰਚਾ ਦੇਣਾ ਡਾਬੜਾ ਪਰਚਾ ਦੇ ਆ ਹੁਣ ਸੋ ਵੀ ਕਿੰਨਾ ਪਰਚਾ ਅੱਛਾ ਦੇ ਆ ਉਹਨੇ ਪੜਿਆ ਨਾ ਚਿੱਠੀ ਲਿਖੇ ਸਿੰਘ ਬੋਤਾ ਹੱਥ ਵਿੱਚ ਮੋਟਾ ਸੁੱਠਾ ਜੇ ਮਾ ਜਗਾੜ ਖਲੋ ਅੰਨਾ ਗੱਡੇ ਨੂੰ ਪਾਸਾ ਤੱਕਾ ਹੁੰਦਾ ਜੋ ਤੇਤੋ ਰਾਜ ਨਹੀਂ ਹੁੰਦਾ ਤੂੰ ਨਲਾਕ ਹੋਤਾ ਤੇਤੋ ਰਾਜ ਨਹੀਂ ਹੁੰਦਾ ਤੇਰੇ ਜੈ ਕੋ ਯੋਤਾ ਆਖੀ ਭਾਬੀ ਕਾਨੂੰ ਤੇਰਾ ਦਿਓ ਸਿੰਘ ਬੋ ਉਹਨੇ ਪੜਿਆ ਉਹ ਗੋਰਾ ਉਹਨੇ ਕ ਹੇ ਖਮੋਸ਼ ਕਹਿੰਦਾ ਖਮੋਸ਼ ਹੋ ਜੋ ਚੰਪਾ ਜੀ ਹਮ ਕਹਿੰਦਾ ਕਾਰ ਬਸ ਸੁਣਨ ਦੀ ਗੱਲ ਠੀਕ ਹੈ ਇਹਨਾਂ ਨੇ ਸੋਟਾ ਚਿੱਠੀ ਸਾਨੂੰ ਢੋਖਾ ਉਹਨੇ ਕਿਹਾ ਜੇ ਚਿੱਠੀ ਲੱਗੇ ਉਹਨੇ ਕਿਹਾ ਹਜੂਰ ਏ ਦੋ ਸਿੰਘ ਇਹ ਸੋਠਾ ਸਾਨੂੰ ਧੋਖਾ ਦੇਣ ਕਹਿੰਦੇ ਜੰਗ ਦੇ ਲੱਚ ਉਹਨੇ ਕਿਹਾ ਤੈਨੂੰ ਬੜਾ ਪਤਾ ਹੈ ਸਿਕੜੇ ਵਾਲੇ ਹੁਣ ਪਤਾ ਨਹੀਂ ਤਾਂ ਫਿਰ ਹਮ ਹਮ ਉਹਨੇ ਕਿਹਾ ਚਲ ਜਲਾਲਉਦੀਨ ਇੱਕ ਹੈ ਨਹੀਂ ਜਿਹਨਾਂ ਨੇ ਮਾਰਿਆ ਉਹ ਗੁਬਦਾ ਸਿੰਘ ਦਾ ਕਰਿਆ ਦਾ ਆ ਚੱਲ ਹਲਾ ਉਹਨੇ ਕਿਹਾ ਜਲਾਲਉਦੀਨ ਨੇ ਆਪਣੀ ਸਾਰੀ ਫੌਜ ਜਿਹੜਾ ਉਹਨੂੰ ਪੈਸੇ ਜੀ ਨੂੰ ਉਹਨਾਂ ਨੇ ਪੈਸੇ ਵੀ ਦੇ ਦੇ ਇਹਨੇ ਪੈਸੇ ਦੇ ਦਿੱਤੇ ਹਮ ਉਹ ਜਿਹੜਾ ਗਰੀਬ ਨੂੰ ਪੈਸੇ ਦੇ ਨਹੀਂ ਉਹਨੇ ਨਾਕੀ ਵਾਲੇ ਹਮ ਹਮ ਨਾਗਰ ਕੇ ਹਮ ਹਮ ਉਹਨੇ ਕਰਕੇ ਹੁਣ ਸਾਰੇ ਪੈਸੇ ਦੇ ਦੇ ਲੇ। ਓਹੋ ਉਹ ਵੀ ਮੁਗਲਾ ਚ ਲੜ ਗਿਆ। ਲੜ ਗਿਆ ਲੱਗ ਗਿਆ। ਹਮ। ਲੈ। ਕੀ ਗੱਲ? ਹਮ। Hindu ਤੇ ਮੁਗਲਾ ਚ ਕਿਦਾਂ ਰਸ ਸਕਦਾ ਬੰਦਾ? ਇੱਕ ਹੈਂ? ਤੂੰ ਹੀ ਤਾਂ ਕਹਿੰਦੇ ਸੀ ਵੀ Hindu ਦੋਸਤ ਨੇ ਫਿਰ। ਪਰ ਉਹ Hindu ਜੋ ਮੁਗਲ ਕਿਦਾਂ ਪਾ ਸਕਦਾ? ਹਮ। Hindu ਦਾ ਪਹਿਲਾਂ ਉਹ ਮੁਗਲਾ ਵਿੱਚ ਚਲ ਗਿਆ। ਕਹਨ ਇਹ ਗਲਤ ਗੱਲ ਹੈ। ਗਲਤ ਗੱਲ ਹੈ। ਆਪਣਾ ਤਾਂ ਅਨੁਸ਼ੁੱਦੀ ਰੱਖਣ। ਹਾਂ ਆਪਣਾ ਧਰਮ ਨਹੀਂ ਛੱਡੀਦਾ। ਹੈਨਾ? ਆਮ ਜੁਰੂਰੀ ਜਿਹੜਾ ਮਰਜੀ ਕਰੂਗਾ ਪਰ ਸਲਾਮ ਓਖੀ ਸਲਾਮ ਓਖੀ ਹਿੰਦੂ ਦਾ ਹਿੰਦੂ ਦਾ ਪਾੜ ਨਹੀਂ ਹੁੰਦਾ ਹਿੰਦੂ ਦਾ ਪਾੜ ਨਹੀਂ ਕਰਨਾ ਪੈਂਦਾ ਹੂੰ ਇਹਨਾਂ ਨੂੰ ਪਾੜ ਨਹੀਂ ਕਰਨਾ ਪੈਂਦਾ ਹਾਂ ਮਾੜਾ ਹੈਰਿਟ ਵਾਲਾ ਕੇ ਪਰੇ ਹੁੰਦੇ ਅੱਛਾ ਫੇਰ ਹੁੰਦਾ ਨਾ ਫੇਰ ਜੇ ਉਹ ਹੁੰਦਾ ਨਾ ਸਿੱਖ ਉਹਨਾਂ ਨੂੰ ਸੱਤੇ ਨੰਬੀ ਉਹ ਸਿੱਖ ਪਰ ਮਾਤਮ ਦੀ ਮੋਜ ਨਾ ਪ੍ਰਗਟ ਹੁੰਦਾ ਹੈ ਹੂੰ ਫੇਰ ਤਵੇ ਜੋ ਜਲਾਲੁਦੀਨ ਲੈ ਕੇ ਆ ਗਿਆ ਫੌਜ ਹਾਂ ਫਿਰ ਉਹਨਾਂ ਲੜਾਈ ਹੋ ਗਈ ਹੂੰ ਉਹ ਇੰਨੀ ਫੌਜ ਲੈ ਕੇ ਆਏ ਤੇ ਦੋ ਜਣੇ ਸੀ ਉਹ ਛੋਟੇ ਨਾਲ ਉਹ ਛੋਟੇ ਨਾਲ ਇੱਕ ਨਾਲ ਗਰਪਾਨ ਨਾਲ ਕਰਿਆ ਇੱਕ ਨਾਲ ਛੋਟੇ ਨਾਲ ਅੱਛਾ ਸਭ ਤੋਂ ਪਹਿਲਾਂ ਗੜਦਸ ਨੇ ਪੱਥਰ ਚਾ ਕੇ ਜਗਾਰਾ ਲਾ ਗਏ ਲੜਾਈ ਸ਼ੁਰੂ ਕਰੀ ਉਹਨਾਂ ਨੇ ਉਹਨਾਂ ਨੇ ਸਲਾਮ ਕਰਕੇ ਕਰੀ ਅੱਛਾ ਮੈਂ ਦਸਰ ਚਾ ਕੇ ਕਰੀ ਹੂੰ ਉਹਨੇ ਕਿ ਬੋੜੇ ਸੋਨਿਹਾਰ ਸਾਤ ਦੀ ਐਡੀ ਉੱਚੀ ਬਾਜਾਈ ਨਾ ਉਹ ਬਾਜ ਪਤਾ ਕਿੱਥੇ ਰਗ ਪੁੱਜੀ ਹਰਿਆਣੇ ਤੱਕ ਆਵਾਜ਼ ਪੁੱਜ ਗਈ ਰਿਆਣੇ ਤੱਕ ਪਹੁੰਚ ਗਈ ਅੱਛਾ ਇਹ ਉੱਚੀ ਬਾਜ਼ੀ ਉਸ ਕਰ ਤਾਂ ਲੜਾਈ ਹੋ ਗਈ ਸਭ ਤੋਂ ਪਹਿਲਾਂ ਗਰਜ ਸਿੰਘ ਨੇ ਚੱਕਿਆ ਪੱਥਰ ਮੋਟੇ ਡਾਬੜਾ ਪੱਥਰ ਚਾਕੇ ਖਾਤਾ ਮਾਰਿਆ ਉਰੇ ਜਲਾਦੂਦੀਨ ਦੇ ਸਵਾਈ ਇੱਕ ਹਾਂ ਕਰਕੇ ਫੇਰ ਗਰਜ ਸਿੰਘ ਨੇ ਸੋਟਾ ਚੱਕਿਆ ਨਾ ਐਦਾ ਸਾਰੇ ਪਿੱਛੇ ਨੱਟ ਲੱਗ ਗਏ ਥੋੜੇ ਥੋੜੇ ਕਹਾ ਮੈਂ ਤੁਹਾਨੂੰ ਮਾਰੂ ਜਲਾਦੂਦੀਨ ਕੰਦਾ ਜਾਂ ਤੁਸੀਂ ਪਿੱਛੇ ਨਾੜਦੇ ਮੈਂ ਤੁਹਾਡੇ ਪਰਿਵਾਰ ਕੱਢ ਦੇਣਾ ਪਾਗਲੋ ਹਮ ਉਹਨੇ ਗਾਇਸ਼ ਉਹਨੇ ਪੁੱਛੇ ਨੱਠੇ ਨੀ ਫਿਰ ਦੜਾਈ ਉਹਨਾਂ ਨੂੰ ਕਿਹੜਾ ਪਾਲਿਆ ਉਹਨੇ ਗੰਦੀ ਬੰਦੀ ਬਣਾ ਰੋ ਇਨਾਂ ਨੂੰ ਕਿਹੜਾ ਪਾਲਿਆ ਉਹਨੇ ਗਰਜਾ ਸਿੰਘ ਨੇ ਐਦਾਂ ਕਰਿਆ ਉਹ ਇੱਕ ਵੱਡੇਰੇ ਆਪਣੀ ਕਿਰਪਾਨ ਮਾਰੀ ਦੂਏ ਤੀੜੀ ਸਾਰਾ ਕਿਹੜਾ ਬੰਦ ਕਰਕੇ ਗਰਜਾ ਸੇ ਬੋਤਾ ਸਿੰਘ ਨੇ ਐਡਾ ਵੱਡਾ ਸੋਠੇ ਦਾ ਇੱਕ ਮਾਰ ਪਾੜਦਾ ਉਹ ਰ ਸੋਠਾ ਹੀ ਟੁੱਟਿਆ ਮਾਰਦਾ ਬੰਦਾ ਸੋਠਾ ਰ ਟੁੱਟਿਆ ਨਹੀਂ ਲੈ ਐਡਾ ਪੱਕਾ ਸੋਠਾ

ਅਦਰ ਚੋਂ ਦੇਖੀ ਫੋਨ ਚ ਦੇਖ ਕੇ ਸਿੱਖੀ ਆ ਤੁਸੀਂ ਤਾਂ ਕਹਿਆ ਤਿੰਨ ਸਾਖੀਆਂ ਤੁਹਾਨੂੰ ਆਉਂਦੀਆਂ ਸਾਰੇ ਤੁਸੀਂ ਫੋਨ ਚ ਦੇਖੀਆਂ ਕਿਰਤਨ ਸਿੱਖਣ ਦੇ ਨਾਲ ਨਾਲ ਅਵਰਾਜ ਸਿੰਘ ਕਵੀਸ਼ਰੀ ਤੇ ਢਾਡੀ ਵਾਰਾਂ ਨੂੰ ਵੀ ਬੜੇ ਚਾ ਅਤੇ ਜੋਸ਼ ਵਿੱਚ ਗਾਉਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ 10 ਵਜੇ ਨੂੰ ਖਾਣ ਬਾਦਰ ਜਕਰੀਆ ਖਾਨੇ ਕੋਲ ਬਲਾ ਕੇ ਬੱਚਾ ਬਈ ਤੁਸੀਂ ਦਿੱਲੀ ਤੋਂ ਰਾਸ ਰੱਖੀ ਹਾਰ ਚਾਲੇ ਉਹ ਕਹਿੰਦੇ ਬਈ ਤੁਸੀਂ ਨੀ ਨਹੀਂ ਸਿੱਖੀ ਕੋਈ ਮੇਰੇ ਆਰਡਰ ਤੋਂ ਬੁਝੋਦੀ ਨਹੀਂ ਬੈਠਾ ਪੁਰਾਣੇ ਆਖਿਆ ਤਮ ਤੈਨੂੰ ਤਾਂ ਰਾਬਜ ਗੜਬੜੇ ਓ ਮੇਬੀ ਸੇਕ ਦਾ ਸੰਦੂ ਜੱਟ ਕੇ ਮੈਦਾਨ ਦੇ ਵਿੱਚ ਆ ਡੱਟ ਹੱਤ ਹੈ ਤੇਰੀ ਦਾ ਤੰਬਾ ਲਾਉਂਦੇ ਜਾਂਦੇ ਵੀਰੀ ਦਾ ਝੰਬਾ ਮੇਬੀ ਸੇਕ ਦਾ ਸੰਦੂ ਜੱਟ ਕੇ ਮੈਦਾਨ ਦੇ ਵਿੱਚ ਆ ਡੱਟ ਹੱਤ ਹੈ ਤੇਰੀ ਦਾ ਤੰਬਾ ਲਾਉਂਦੇ ਜਾਂਦੇ ਵੀਰੀ ਦਾ ਝੰਬਾ ਓ ਤਰਤੀ ਦਿੰਦੀ ਨਹੀਂ ਉਹ ਵੇਲਤ ਕਰਦੇ ਹਾਏ ਆਏ ਆ ओम बाबा घर जाते बाबा बोता मुगले पढ़ने पाए बाबा घर जाते बाबा बोता मुगले पढ़ने पाए ओ सिंगर रारे उठ के खड़े गए सी जंग पिट जोड़ गए अड़ गए खासी कहते सिंगड़े मुतेरे कम मुंह ते पैन थक के ओ काक टिकटाई जांदे कदे जे बजदे आ राह राहया ओ बाबा घर जाते बाबा बोता मुगले पढ़ने पाए बाबा गए जाते बाबा बोता मुगले पढ़ने पाए याम उन्हें आंध्र तिया जे को टका वो आना जिसे मुंह से फेर जावे जिसके टोपी वापे तरती उधर म्यूटर नंबर पे भी ना पानी पान लिख कट के फिर उस तो आके जा रहे हैं वो आना गड़े तका खोते ले आ, एक पैसा बंदे होते ਸਫੀ ਕਰੇ ਅਨੇ ਮੋਤੇ ਨਾ ਤੇ ਨਸੀ ਬਖਸ਼ੇ ਦਾਦੇ ਪੋਤੇ ਨੀਕਾ ਸੀ ਕੜਵੰਦੇ ਵਖ ਟੋਪੀਆਂ ਲਾ ਵਿਛਾਏ ਆ ਓ ਬਾਬਾ ਗਰ ਜਾਤੇ ਬਾਬਾ ਬੋਤਾ ਮੁਗਲੇ ਪੜਨੇ ਪਾਏ ਆ ਬਾਬਾ ਗਰ ਜਾਤੇ ਬਾਬਾ ਬੋਤਾ ਮੁਗਲੇ ਪੜਨੇ ਪਾਏ ਆ ਹੁਣ ਆਂ ਦਿੱਤੀ ਆ ਚਿੱਠੀ ਲਗਾ ਸੰਗ ਬੋਤਾ ਹੱਥ ਵਿੱਚ ਮੋਟਾ ਸੋਠਾ ਰਵਾਜ ਗਾੜ ਖਲੋਤਾ ਅੰਨਾ ਗੱਡੇ ਨੂੰ ਪੈਸਾ ਟੱਕਾ ਖੋਤਾ ਆਖਿਆ ਤੂੰ ਨ ਲੈ ਖੋਤਾ ਤੇ ਤੋ ਰਾਜ ਨਹੀਂ ਹੋਤਾ ਤੇਰੇ ਜਿਆ ਕੁਝ ਹੁੰਦਾ ਆਖੀ ਭਾਬੀ ਖਣ ਤੇਰਾ ਪਿਓ ਸਿੰਘ ਹੈ ਬੁੱਤਾ ਤੇਰਾ ਦਿਓ ਸਿੰਘ ਹੈ ਬੁੱਤਾ ਤੇਰਾ ਦਿਓ ਸਿੰਘ ਹੈ ਬੁੱਤਾ ਓ ਡਿਗਦੇ ਸੀ ਸਤਣਾ ਤੋ ਥੱਲੇ ਜੋ ਤਲਵਾਰ ਸਿੰਘਾ ਦੀ ਚੱਲੇ ਜਾ ਭਰੇ ਧਰਮ ਤਾਦਰੇ ਭਿਜ ਮદાન ਚ ਫੜਦੇ ਬੌਂਦੇ ਤੇ ਗਏ ਸਿੰਘਾਂ ਮੋਦ ਕੋ ਡਾਣੀ ਜਾਣੀ ਤੇ ਗਾਟੇ ਲਾਹੇ ਲਾਹਿਆ ਓ ਬਾਬਾ ਗਰਜਾਤੇ ਬਾਬਾ ਬੋਤਾ ਮੁਗਲੇ ਪੜਨੇ ਪਾਏ ਆ ਬਾਬਾ ਗਰਜਾਤੇ ਬਾਬਾ ਬੋਤਾ ਮੁਗਲੇ ਪੜਨੇ ਪਾਏ ਆ ਹੈ ਕੁ ਜੀ ਘਾਟ ਸਭ ਹੈ ਕੁ ਜੀ ਕੀ ਫਤਿਹ ਅਵਰਾਜ ਸਿੰਘ ਜੀ ਤੁਹਾਡੇ ਕੋਲ ਕਿੰਨਾ ਕੁ ਸੁਣੀ ਜਾਈਏ ਤੁਸੀਂ ਤਾਂ ਸਾਰਾ ਕੁਝ ਜੋ ਵੀ ਤੁਸੀਂ ਸ਼ੁਰੂ ਹੋ ਜਾਂਦੇ ਆ ਜਿਹਦਾ ਪਹਿਲਾ ਟੇਪਾ ਹੁੰਦੀ ਸੀ ਸੂਚ ਦੱਬਦੀ ਤੇ ਚੱਲੀ ਜਾਂਦੀ ਸੀ ਉਦੋਂ ਤੁਸੀਂ ਚੱਲੀ ਜਾਂਦੇ ਹੋ ਹਾਂਜੀ ਇਹਨਾਂ ਕੁਛ ਤੁਸੀਂ ਕੀਤਾ ਹੈ ਨਾ ਕਿ ਬੜਾ ਤੁਹਾਡੇ ਦਾਦਾ ਜੀ ਨੇ ਤੁਹਾਨੂੰ ਸਿਖਾਇਆ ਸਾਰਾ ਤੇ ਤੇ ਰਹੂਗੀ ਮੇਰੀ ਟੇਬ ਰੂਗੀ ਹਯਾ ਟੇਬ ਰੂਗੀ ਹੈ ਅੱਛਾ ਤੁਸੀਂ ਨਾ ਆਪਾਂ ਗਤਕਾ ਵੀ ਤੁਹਾਡਾ ਦੇਖਦੇ ਆਂ ਪਰ ਤੁਸੀਂ ਪਹਿਲਾ ਗਾਣਾ ਆਪਣਾ ਸੁਣਾਓ ਕਹਿੰਦਾ ਬਹੁਤ ਅੱਛਾ ਗਾਣਾ ਹੁੰਦਾ ਕਿਹੜਾ ਆਉਂਦਾ ਉਹ ਗੀਤ ਉਹ ਉਹ ਅੱਛਾ ਵਾਰ ਹਾਂ ਅੱਛਾ ਵਾਰ ਹੈ ਜੀ ਗਾਣਾ ਵਾਰ ਹੈ ਛੱਪੀ ਨਾ ਲੱਗੇ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਬਸ ਇਹ ਹਾਂ ਕੋਈ ਗੱਲ ਚਲੋ ਸੁਣਾਓ ਜਰਾ ਵਾਰ ਫਿਰ ਗੱਲ ਲਾਗੂ ਗਲ ਤੇ ਸਚਨਾ ਹੋਣ ਆਈਓ ਹੋ ਹੋਏ ਹ ਗੱਲ ਲਾਗੂ ਗਲ ਤੇ ਸਚਨਾ ਹੋਣੀ ਆ ਪਾਵੇ ਵੇਖ ਲਿਓ ਅਸਮਾ ਵੱਡੇ ਪਰਵਰ ਪੈਰ ਜਰਾ ਉੱਤੇ ਕੜਦਾ ਕੋਈ ਸਟੈਂਡ ਨਾ ਸਟੈਂਡ ਨਾ ਔਰ ਕਿੱਥੇ ਖੜ ਜੇ ਸਗਾ ਪੁਰਾ ਹੋ ਉਹ ਉਹ ਨੀਆਂ ਟੀਗ ਲੱਗਦੇ ਅਣਖ ਦੇ ਇਹ ਤਾਂ ਖੂਨ ਚ ਜੱਟੀ ਲਾ ਜਾ ਕੇ ਬਖਸ਼ ਹੁੰਦੀ ਮਰਤੇ ਦੀ ਓ ਪੰਜਾਬ ਦਾ ਜਿਵੇਂ ਸੁਦਾ ਰੋ ਨੀਨ ਕੰ ਇਤੇ ਹਾਸ ਨੂੰ ਇਤੇ ਹਾਸ ਨੂੰ ਉਹ ਜਿਹੜਾ ਟਿੱਠੂ ਚ ਮੰਨ ਦਾ ਚਾਈ ਹੋ ਸੰਗਤ ਪੰਗਤ ਪਹੁੰਚਦੀ ਪਹੁੰਚਦੀ ਪਾਵੇ ਬੰਬਲ ਮੰਨ ਕਾਂਠਾ ਲੇ ਸੁਰਦੀ ਵਾਰ ਨੂੰ ਵਾਰ ਨੂੰ ਸਿੱਧੂ ਆ ਕ੍ਰਿਕਟ ਆਲਿਆ ਵਾਹਰ ਹੋ ਹਾਜ਼ਰ ਜਵਾਬੀ ਵਿਸ਼ੇ ਤੋਂ ਨਾ ਪਟਕਣ ਵਾਲਾ ਅਵਰਾਜ ਸਿੰਘ ਆਪਣੇ ਦਾਦਾ ਜੀ ਨਾਲ ਮਿਲ ਕੇ ਕਦੇ-ਕਦੇ ਕੋਟਾ ਵੀ ਤਿਆਰ ਕਰਦਾ ਹੈ ਇੱਥੇ ਹੀ ਬਸ ਨਹੀਂ ਅਵਰਾਜ ਸਿੰਘ ਸਿੱਖਾਂ ਦੀ ਪਰੰਪਰਾਗਤ ਖੇਡ ਸਿੱਖ ਮਾਰਸ਼ਲ ਆਰਟਸ ਗੱਤਕੇ ਦਾ ਵੀ ਨਿਰੰਤਰ ਅਭਿਆਸ ਕਰਦਾ ਹੈ ਅੱਛਾ ਤੁਸੀਂ ਗੱਤਕਾ ਵੀ ਸਿੱਖਿਆ ਹੈ ਨਾ ਮੰ ਜਿਆ ਬਾਹਰ ਗਰਾਊਂਡ 'ਚ ਦਿਖਾਉਂਦੇ ਆਂ ਅੱਛਾ ਗਰਾਊਂਡ 'ਚ ਚਲੋ ਆਪਾਂ ਦੇਖਾਂਗੇ ਤੇ ਨਾਲ ਤੁਸੀਂ ਫਿਰ ਕੀਰਤਨ ਵੀ ਸਿੱਖ ਰਹੇ ਹੋ ਕੀਰਤਨ ਸਿੱਖ ਰਹੇ ਕਿੱਥੇ ਸਿੱਖਣ ਜਾਂਦੇ ਹੋ ਉਹ ਅਨੰਦਪੁਰ ਸਾਹਿਬ ਹੈ ਕੋਈ ਕਾਲਜ ਦਾ ਨਾਮ ਕੀ ਸਿੱਖ ਮਿਸ਼ਨਰੀ ਕਾਲਜ ਨਹੀਂ ਨਹੀਂ ਹਾਂਜੀ ਐਸਜੀ ਪਿਛਲੇ ਗੁਰਮਤ ਗੁਰਮਤਾ ਗੁਰਮਤ ਸੰਗੀਤ ਅਕੈਡਮੀ ਜਿਹੜੀ ਹੈ ਹਾਂਜੀ ਜੀ ਉਹ ਪ੍ਰਸਤ ਕਰਤਾਰ ਸਿੰਘ ਜੀ ਜਿੱਥੇ ਸਕਾਂਦੇ ਸੀ ਪਹਿਲਾਂ ਹਾਂਜੀ ਹਾਂਜੀ ਕਰਤਾਰ ਸਿੰਘ ਸੁਖਿੰਦਰ ਸਿੰਘ ਜੀ ਨੇ ਹਾਤੇ ਹੁਣ ਹਾਂਜੀ ਹਾਂਜੀ ਅੱਛਾ ਅੱਛਾ ਉੱਥੇ ਤੁਸੀਂ ਸਿੱਖਦੇ ਉਹਨਾਂ ਨੇ ਆਇਆ ਚਾਚੇ ਉੱਥੇ ਜਾਂਦੇ ਸਿੱਖਣ ਨੂੰ ਸੀ ਕਿੰਨਾ ਦੂਰ ਇੱਥੇੋਂ ਕਿੰਨਾ ਐਤਨੰਦਪੁਰ ਸਾਹਿਬ ਕਿੰਨਾ ਦੂਰ ਹੈ ਜੀ 12 ਕਿਲੋਮੀਟਰ ਦੂਰ ਤੁਸੀਂ ਕਦੋਂ ਕਦੋਂ ਜਾਂਦੇ ਮਹੀਨੇ 'ਚ ਦੋ ਦਿਨ ਚਾਰ ਦਿਨ ਹਫਤੇ 'ਚ ਤਿੰਨ ਦਿਨ ਜਾਂਦੇ ਹੋ ਕੌਣ ਲੈ ਕੇ ਜਾਂਦਾ ਤੁਹਾਨੂੰ ਆਹ ਬੰਦਾ ਹੀ ਮੈਨੂੰ ਠੀਕ ਹੈ ਇਹਨਾਂ ਦੇ ਨਾਲ ਹੀ ਬੰਨ ਕਰਾਇਆ ਹਾਂ ਸਾਰਾ ਓਏ ਹੋਏ ਹਾਂ ਤੁਹਾਨੂੰ ਗਤਗਾ ਦਿਖਾਂਦੇ ਆਜੂ ਗਤਗਾ ਵੀ ਸਿੱਖ ਕਰਦੇ ਆ ਆਪਾਂ ਕੁਝ ਹੋਰ ਵੀ ਹੋਰ ਵੀ ਪੁੱਛੀਏ ਤੁਹਾਨੂੰ ਕੀ ਕੀ ਆਂਦਾ ਹੋਰ ਇਹਨਾਂ ਕੁਝ ਤਾਂ ਹੁੰਦਾ ਮੈਂ ਚੱਲ ਸਕਦਾ ਅੱਛਾ ਤੁਸੀਂ ਕਹਿੰਦੇ ਵੀ ਆਪਣਾ ਅੱਦੇ ਦਾ ਵੀ ਬਣਾ ਲੈਂਦੇ ਹੋ। ਉਹ ਕੋਟਾ। ਹਾਂ ਕੋਟਾ। ਅੱਦੇ ਗਣੇ ਕੋਟਾ। ਅੱਛਾ ਕੋਟਾ। ਲਾ ਤਾਂ ਕੋਟਾ। ਹਾਂ ਹਾਂ। ਅਸੀਂ ਵੀ ਬਣਾ ਲੈਂਦੇ ਕੋਟਾ ਕੋਟਾ। ਹਾਂਜੀ। ਅੱਜ ਲਾਉਣਾ ਅੱਜ ਚਿੱਟੇ ਨਾਲ ਨੀਲੇ। ਹਾਂ ਕੱਪੜੀ ਇਹਨਾਂ ਲਾਉਣਾ ਅੱਜ। ਅੱਜ ਅੱਛਾ। ਕੱਠੇ ਲਾਉਂਦੇ ਆਪਾਂ? ਕੋਲ ਕੋਣ? ਮੈਂ ਨਾ ਦਾਦਾ ਜੀ। ਅੱਛਾ ਤੁਸੀਂ ਨਾ ਲੇਦਾ। ਤੁਹਾਨੂੰ ਦਾਦਾ ਜੀ ਨਾਲ ਬੜਾ ਪਿਆਰ ਹੈਗਾ ਫਿਰ। ਮੰਮੀ ਜੀ ਦਾਦੀ ਜੀ ਨਾਲ। ਹਾਂ ਚਾਹਵਣਾ ਨਾਲ ਵੀ ਹੈਗਾ। ਉਹ ਉਹ ਜਿਹੜੀ ਮੇਰੀ ਸਿਫਤ। ਆਹ ਸੋ ਗਈ ਆ ਉਹ ਸੋ ਗਈ। ਅੱਛਾ ਅੱਛਾ। ਵਾਹ ਨਾਨਾ ਵਾਲਾ ਦਾਦੀ ਦਾ ਜ਼ਿਆਦਾ ਪਿਆਰ ਹੈ ਮੇਰਾ ਦਾਦੀ ਨਾਲ ਉਹ ਉਹ ਦਾਦੇ ਕੋਲ ਬਥੇਰੀ ਰੱਟੀ ਜਾਂਦੀ ਦਾਦਾ ਜੀ ਕੋਲ ਸਭ ਤੇ ਮੇਰਾ ਭਾਈ ਵੀ ਛੋੜਾ ਜਿਹੜੀ ਆ ਫੋਟੋ ਨਾ ਇਹ ਵੀ ਸਭ ਇਹ ਸਾਰੇ ਦਾਦੀ ਕੋਲੀ ਹੈ ਦਾਦਾ ਜੀ ਸਭ ਤੇ ਤੇਜ਼ ਹੈ ਨਾ ਦਾਦਾ ਸਾਡਾ ਇਹਨਾਂ ਨੇ ਛੇਤੀ ਜਲ ਜਾਣਾ ਕਾਰਜ ਨੰਨਾ ਕਰਕੇ ਪਰ ਗੁਰੂ ਆਦੇ ਬੱਚੇ ਚਾਰ ਨਾ ਤੁਹਾਨੂੰ ਪਤਾ ਹੈ ਮੈਂ ਤੁਹਾਨੂੰ ਪਹਿਲਾਂ ਹੀ ਪਤਾ ਹੈ ਸੁਣੇ ਹੋ ਤੁਸੀਂ ਹਾਂ ਕਿਹੜੇ ਕਿਹੜੇ ਦੱਸੋ ਤੁਸੀਂ ਬਾਬਾ ਜੀ ਸਿੰਘ ਜੀ ਬਾਬਾ ਯਾਹਾਰ ਸਿੰਘ ਬਾਬਾ ਜੋਰਾਵਾਰ ਸਿੰਘ ਬਾਬਾ ਫਰੇ ਸਿੰਘ ਜੀ ਹਾਂ ਹਾਂ ਸੱਤ ਪੜੇ ਬੜੇ ਤੇ ਲੈ ਕੇ ਛੋਟੇ ਤੱਕ ਜੇ ਤਾਂ ਕਰੇਬ ਨਾ ਤੁਸੀਂ ਸਮਝਦੇ ਨਹੀਂ ਬੱਚੇ ਨੇ ਕਰੇਗਾ ਹਾਂ ਹਾਂ ਉਦਦੇ ਠੀਕ ਹੈ ਤਾਂ ਪੰਜ ਪਿਆਰਾਂ ਦੇ ਨਾਮ ਆਉਂਦੇ ਤੁਹਾਨੂੰ ਕੀ ਕੀ ਨਾਮ ਭਾਈ ਜੀ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮੋਹਨ ਸਿੰਘ ਜੀ ਭਾਈ ਹਿੰਮ ਸਿੰਘ ਜੀ ਭਾਈ ਸاهر ਸਿੰਘ ਜੀ ਅੱਛਾ ਨਾ ਤੁਹਾਨੂੰ ਇਹ ਵੀ ਆਉਂਦੇ ਹੈ ਨਾ ਤੁਸੀਂ ਕਹਿੰਦੇ ਆਪਣਾ ਸਾਡੇ ਫਿਰ ਤੁਹਾਡਾ ਨਾਨਕੇ ਕਿੱਥੇ ਆ ਨਾ ਆ ਕੇ ਸਾਡੇ ਗੁਰੂ ਘਰ ਹੋ ਰਿਹਾ ਹੈ ਉਦੋਂ ਮੇਰਾ ਦੂਆ ਨਾਨਕੇ ਆ ਦੂਹ ਨਾਨਕੇ ਕਿਥੇ ਇੱਕ ਮੇਰਾ ਜਿੱਦਾਂ ਸਾਡੇ ਆਹੀਂ ਨਾਨਕੇ ਬੱਚੇ ਦੇ ਹੁੰਦੇ ਨੇ ਉਦਾਂ ਇੱਕ ਉੱਥੇ ਉਹ ਵੀ ਹੈ ਮੇਰੇ ਉੱਥੇ ਗੁਰੂ ਘਰ ਔਰ ਵੱਲ ਗੁਰੂ ਘਰ ਔਰ ਅਸਰੀ ਵੀ ਮੇਰੇ ਉੱਥੇ ਹੈ ਪੱਕਾ ਨਾਨਕਾ ਪੱਕੇ ਨਾਨਕੇ ਵੀ ਉੱਥੇ ਹੀ ਹੈ ਕੱਚੇ ਵੀ ਪੱਕੇ ਵੀ ਦੋਨੇ ਪੱਕੇ ਕਿਹੜੇ ਕਹਿੰਦੇ ਤੁਸੀਂ ਪੱਕੇ ਅਸੀਂ ਕਹਿੰਦੇ ਆ ਗੁਰੂ ਗੁਰੂਆ ਦੇ ਨਾਨਕੇ ਗੁਰੂ ਦੇ ਨਾਨਕੇ ਕੱਚੇ ਦੇ ਦੂਏ ਨੂੰ ਕੀ ਬਾਤ अच्छा पक्के नान के साडे गुरु किले हो रह गए अच्छा 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 दोने सडा घर किथे है फिर घर किना हां घर साडा सिखਾਂ ਦਾ ਘਰ ਕਿੱਥੇ ਹੈਗਾ ਸੋ ਉਹਦਾ ਬੋ ਦੂ ਉਹ ਮਜਾਰੀ ਆ ਨੰ ਪਿੰਡ ਉਥੇ ਮਜਾਰੀ ਮਜਾਰਾ ਨਹੀਂ 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 ਸਿੱਖਾਂ ਦਾ ਘਰ ਨਾਨਦਪੁਰ ਸਾਹਿਬ ਹੈ ਨਾ ਅਸੀਂ ਅਸੀਂ ਨਾਨਦਪੁਰ ਸਾਹਿਬ ਦੇ ਵਾਸੀ ਹੈ ਨਾ ਅਸੀਂ ਨਾਨਦਪੁਰ ਸਾਹਿਬ ਦੇ ਅਨੇ ਨਹੀਂ ਅਸੀਂ ਸਾਰੇ ਨਾਨਦਪੁਰ ਸਾਹਿਬ ਦੇ ਵਾਸੀ ਹੈਗੇ ਸਾਡੇ ਨਾਨਕੇ ਜਾਂ ਫਿਰ ਗੁਰੂਕੇਲੋ ਹੋ ਰ ਹੈ ਫਿਰ ਸਾਡੇ ਅਸੀਂ ਵਾਸੀ ਗੁਰਗੋਬਿੰਦ ਸਿੰਘ ਜੀ ਕਿੱਥੇ ਰਹਿੰਦੇ ਆ ਓਕੇ ਰਹਾ ਗੰਪਰ ਕਿਹੜਾ ਪਿੰਡ ਹੁੰਦਾ ਸਿੰਗਲ ਅ ਗੰਪਰ ਅੱਛਾ 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 ਠੀਕ ਹੈ ਠੀਕ ਹੈ ਤੇ ਹੁਣ ਅਸੀਂ ਨਾ ਤੁਹਾਡੇ ਤੋਂ ਤੁਹਾਡੇ ਤੁਹਾਡਾ ਜਿਹੜਾ ਹੈਗਾ ਉੱਪਰ ਗੁਰਦੁਆਰਾ ਸਾਹਿਬ ਤੁਸੀਂ ਬਣਾਇਆ ਜਿੱਥੇ ਆਪਾਂ ਉਹ ਦੇਖਾਂਗੇ ਹੈਨਾ ਤੁਹਾਡੀ ਸਿਸਟਰ ਨਾਲ ਵੀ ਆਪਾਂ ਗੱਲ ਕਰਾਂਗੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਆ ਉੱਠ ਗਏ ਨੇ ਹੈਨਾ ਉਹ ਵੀ ਆਪਾਂ ਆਪਾਂ ਕਰਦੇ ਆ ਤੇ ਛੋਟੇ ਆ ਨਾ ਵਾਹਿਗੁਰੂ ਬੋਲਦੇ ਆ ਫਿਰ ਆਪਾਂ ਆਵਾਂ ਗਤਕਾ ਵੀ ਦੇਖੀਏ ਤੁਹਾਡਾ ਫੇਰ ਪਹਿਲਾਂ ਗਤਕਾ ਦੇਖ ਲਓ ਫੇਰ ਕਰਨ ਦੇ ਫੇਰ ਇਹ ਸ਼ਸਤਰ ਵੀ ਦਿਖਾਣੇ ਆਪਾਂ ਸਾਰੇ ਤੁਸੀਂ ਹੈ ਨਾ ਹਾਂਜੀ ਦੱਸ ਸ਼ਸਤਰ ਬਥੇਰੇ ਆ ਹਾਂ ਕਿੰਨੇ ਸ਼ਸਤਰ ਤੁਹਾਡੇ ਕੋਲ ਸਾਡੇ ਕੋਲ ਆ ਵੀ ਸ਼ਸਤਰ ਇਹ ਮੈਂ ਹੁਣ ਗਤਕਾ ਹੀਦਣ ਵਾਸਤੇ ਜਿੱਦੋਂ ਫਿਰ ਅਸੀਂ ਨਵੀਂ ਸੂਟ ਕਿਰਪਾਨਾਂ ਲੈਣੀਆਂ ਪੰਜ ਹੋਰ ਅੱਛਾ ਪੰਜ ਕਿਰਪਾਨਾਂ ਇਕੱਲੇ ਖੇਡਦੇ ਪੰਜ ਕੀ ਕਰਨੇ ਇੱਕ ਕਿਰਪਾਨ ਬਹੁਤ ਆ ਤੁਹਾਨੂੰ ਉਧਰ ਰੱਖ ਲੈਣੀ ਇੱਕ ਢਾਲ ਵੀ ਲੈਣੀ ਆ ਢਾਲ ਵਾਲ ਕਿਰਪਾਨ ਲੈਣੀ ਆ ਤੂੰ ਅੱਛਾ ਢਾਲਾਂ ਕੀ ਹੁੰਦੀਆਂ ਆ ਢਾਲ ਹੁੰਦੀ ਆ ਰੋਕਣ ਵਾਲੀ ਉਹ ਲੜਾਈ ਚ ਹੁੰਦੀ ਦੀ ਉਹ ਉਹ ਕੋਠੇ ਰੱਖ ਲੈਣੀ ਆ ਮੈਂ ਅੱਛਾ ਅੱਛਾ ਆ ਇੱਥੇ ਰੱਖ ਲੈ ਉਹ ਕੀ ਕਰਨੀ ਹੁਣ ਲੜਾਈ ਤਾਂ ਹੁੰਦੀ ਨਹੀਂ ਹੈਗੀ ਕੀ ਕਰਨੀ ਤੁਹਾਡੀ ਉਹ ਸ਼ਸਤਰ ਬਣਾਉਣੀਆਂ ਦੇਸ ਦਾ ਅੱਛਾ ਸ਼ਸਤਰ ਬਣਾਉਣੇ ਉਹ ਦੋਰੀ ਬਨਣੀ ਇਹਨੂੰ ਵੀ ਬਨਣੀ ਹੈ ਜਿਹੜੀ ਨਾ ਦੋਰੀ ਪਤਾ ਨਹੀਂ ਕਿ ਤਰ੍ਹਾਂ ਹੁਣ ਉਹ ਰੱਖਣੀ ਆ ਜੋ ਗਤਕਾ ਖੜਨ ਦੇਖਦੇ ਆਪਾਂ ਅੱਛਾ ਚਲੋ ਗਤਕਾ ਦੇਖਦੇ ਸ ਅਵਰਾਜ ਸਿੰਘ ਦੀ ਇਸ ਖਾਲਸਾਈ ਘਾੜਤ ਪਿੱਛੇ ਜਿੱਥੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਉੱਥੇ ਉਸ ਦੇ ਪਰਿਵਾਰ ਦਾ ਰੋਸ਼ਨ ਦਿਮਾਗ ਵੀ ਹੈ ਇਸ ਵਿੱਚ ਮੁੱਖ ਰੋਲ ਉਸ ਦੇ ਦਾਦਾ ਜੀ ਸਰਦਾਰ ਸੁਰਿੰਦਰ ਸਿੰਘ ਜੀ ਦਾ ਹੈ ਜੋ ਇੱਕ ਰਿਟਾਇਰਡ ਆਰਮੀ ਮੈਨ ਹਨ ਅਵਰਾਜ ਸਿੰਘ ਜਿੱਥੇ ਆਪਣਾ ਬਚਪਨ ਸਫਲ ਬਣਾ ਰਿਹਾ ਹੈ ਉੱਥੇ ਉਹ ਹਰ ਵਰਗ ਦੇ ਸਿੱਖ ਲਈ ਮਿਸਾਲ ਵੀ ਹੈ ਇਹ ਅਵਰਾਜ ਸਿੰਘ ਦੇ ਬਾਰੇ ਆਪਾਂ ਜਿਹਨ ਦੇਖਿਆ ਕੀਤਾ ਹੈ ਤਾਂ ਗੁਰੂ ਦੀ ਕਿੰਨੀ ਕਿਰਪਾ ਤੇ ਤੁਹਾਡਾ ਜਿੱਦਾਂ ਵਾਰ-ਵਾਰ ਨਾਮ ਇਹ ਲੈ ਰਿਹਾ ਤੁਸੀਂ ਬੜੀ ਮਿਹਨਤ ਕੀਤੀ ਹੈ ਤੇ ਇਸ ਬੱਚੇ ਬਾਰੇ ਤੁਹਾਨੂੰ ਕਿਵੇਂ ਕਿਵੇਂ ਜੋੜਿਆ ਤੁਸੀਂ ਬੱਚੇ ਅਸੀਂ ਤਾਂ ਤੁਹਾਡੇ ਤੋਂ ਅਸੀਂ ਜਾਣਨਾ ਚਾਹੁੰਦੇ ਕਿ ਹੋਰ ਪਰਿਵਾਰ ਵੀ ਇਹਨਾਂ ਚ ਆਪਣੇ ਬੱਚਿਆਂ ਨੂੰ ਇਸ ਪਾਸੇ ਜੋੜਨ ਕਿਉਂਕਿ ਕੋ ਸਿੱਖੀ ਸਿੱਖੀ ਦਾ ਜਿਹੜਾ ਇਹ ਪੈਂਡਾ ਜਿਹੜਾ ਹੈਗਾ ਤਾਂ ਹੈ ਤਾਂ ਵਿਖੜਾ ਹੈ ਪਰ ਇਹ ਜੇ ਅਸੀਂ ਸ਼ੁਰੂ ਤੋਂ ਆਪਣੇ ਬੱਚਿਆਂ ਨੇ ਦਪਰਪੱਖ ਕਰਾਂਗੇ ਤਾ ਕਿਤਨਾ ਕਿਤੇ ਸਾਡੇ ਬੱਚੇ ਜਿਹੜੇ ਹੈਗੇ ਆ ਆਉਣ ਵਾਲੇ ਸਮੇਂ ਜਿਹੜਾ ਇਹ ਵੀ ਸਿੱਖੀ ਸਾਡੀ ਹੋਰ ਪਰਫੁੱਲਤ ਹੋਏਗੀ ਤੇ ਬੱਚਿਆਂ ਨੂੰ ਕਿਵੇਂ ਤੁਸੀਂ ਕਿਸ ਕਿਉਂ ਆਮ ਹੀ ਕਹਿੰਦੇ ਨੇ ਬੱਚੇ ਫੋਨਾਂ ਚੋਂ ਨਹੀਂ ਨਿਕਲਦੇ ਕਿਵੇਂ ਤੁਸੀਂ ਇਹਨਾਂ ਨੂੰ ਇਦਾਂ ਬੱਚੇ ਨੂੰ ਲਾਇਆ ਇਸ ਪਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਦੀ ਬਖਸ਼ਿਸ਼ ਆਜੀਏ ਤਾਂ ਅਜੇ ਤੱਕ ਕੀ ਕਰਨ ਜੋਗ ਹੈ ਜੀ ਅਸੀਂ ਬਿਲਕੁਲ ਬਿਲਕੁਲ ਨਹੀਂ ਬਿਲਕੁਲ ਬਖਸ਼ਿਸ਼ ਤਾਂ ਹੁੰਦੀ ਹੈ ਬਖਸ਼ਿਸ਼ ਤਾਂ ਹੈ ਇਹ ਤਾਂ ਜੇ ਫਰਜ਼ ਬਣਦਾ ਹੈ ਸਾਡਾ ਅਸੀਂ ਪਹਿਲੇ ਮੁੰਡਲੇ ਇਨਸਾਨ ਦੀ ਇਹੀ ਅੰਦਰ ਇੰਨੀ ਲਾਲਸਾ ਹੁੰਦੀ ਜੀ ਕਮਾਈ ਕਰਦਾ 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 ਕਈ ਪੋਸਤਾਂ ਮੁੱਕ ਜੰਨੇ ਜੀ ਬਿਲਕੁਲ ਮੁੱਕਣਾ ਹਰੇਕ ਨੇ ਆ ਜੀ ਜੀ ਪਿੱਛੇ ਆਪਣੇ ਦੇਖਦੇ ਨੇ ਪਿੱਠ ਦੇ ਪਿਛੇ ਮੇਰਾ ਕੀ ਹੋਣਾ ਜੀ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੇ ਵਿਰਾਸਤ ਸੰਭਣੀ ਹੈ ਹੂੰ ਤੇ ਉਹ ਵੀ ਨਹੀਂ ਬਚੀ ਵਿਰਾਸਤ ਆਪਣੀ ਵੀ ਉਹਨੂੰ ਆਪਣੀ ਵੀ ਆਪ ਵੀ ਖੋ ਹੋਣਾ ਬੱਚੇ ਨਾਲ ਉਹਨੂੰ ਵਿਰਾਸਤ ਨਹੀਂ ਆਪਣੀ ਸਾਰੀ ਖੋ ਰਣੀ ਬਿਲਕੁਲ ਬਿਲਕੁਲ ਸਾਡੇ ਸਾਹਮਣੇ ਬੱਚੇ ਕਈ ਕਿਸੇ ਦੇਖੇ ਜਿੱਦਾਂ ਦੇ ਜੀ ਬੱਚੇ ਇਸ ਉਮਰ ਦੇ ਜੀ ਫੋਨ 'ਆ ਕਾਰਟੂਨ ਦੇਖਦੇ ਜੀ ਥੋੜੀ ਅੱਖ ਮੂੜੀ ਨੇ ਬੱਚੇ ਨੇ ਜਦੋਂ ਰਸੀਪਾ ਕੇ ਕੰਮ ਕਰਿਆ ਸਾਡੇ ਸਾਡੇ ਰਿਸ਼ਤਾਰੇ ਚ ਹੋਇਆ ਗੰਦਾਂ ਦੇ ਜੀ ਅੱਛਾ ਅੱਛਾ ਇਹ ਡੇ ਬੱਚੇ ਨੇ ਓਕੇ ਇਹ ਕਿਹੋ ਜਿਹਾ ਹੋਇਆ ਜੀ ਬੱਚੇ ਬੱਚਿਆਂ ਦਾ ਕਸੂਰ ਕੋਈ ਨਹੀਂ ਜੀ ਹੈਗਾ ਇਹ ਹੂੰ ਇਹ ਤਾਂ ਪੇਰੈਂਟਸ ਦਾ ਆਪਣੇ ਮਾਪੇ ਦਾ ਕਸੂਰ ਆ ਜੀ ਜੀ ਇਹ ਫੋਨ ਚੋਂ ਇਹਨਾਂ ਨੂੰ ਕੱਢ ਦੇਣਾ ਚੌਂਕੀਦਾਰਾ ਬੱਚੇ ਤੇ ਕਰੋ ਜੀ ਤੇ ਘਰ ਦੇ ਵਿੱਚ ਆਪਣੇ ਰੇਡੀਓ ਜਾਂ ਟੀਵੀ ਜੀ ਲਾਣਾ ਪਹਿਲੀ ਤਾਂ ਟੀਵੀ ਲਾਓ ਨਾ ਟੀਵੀ ਕੁਝ ਨਹੀਂ ਜੀ ਰੱਖੇ ਵਿੱਚ ਆ ਰੇਡੀਓ ਜਿਹੜੇ ਐਫਐਮ ਜਿਹੜੇ ਦੂਜੇ ਬਾਹਰੋਂ ਆ ਜਾਂਦੇ ਉਹ ਵੀ ਘਰਵਾਣੀ ਚੱਲਦੀ ਹਰਦਮ ਤੇ ਸਵੇਰ ਨਿਤਨੇਮ ਲਾ ਦਿਓ ਸਾਉਣ ਰਹਿਣਾ ਸਲਾਹ ਤੋਂ ਪਹਿਲੀ ਗੱਲ ਤਾਂ ਆਪ ਕਰੋ ਜੀ ਹੂੰ ਹੂੰ ਉਹ ਬੱਚੇ ਤੁਹਾਡੇ ਬੱਚੇ ਨੂੰ ਆਪਣਾ ਕੰਠ ਘਰ ਲੈਣੇ ਜੀ ਹੂੰ ਤੇ ਉਹਨੇ ਲੋੜ ਨਹੀਂ ਕਿਸੇ ਪੇਰੈਂਟਸ ਨੂੰ ਆਣਾ ਖੇਚੜ ਕਰਨੀ ਆਪਣਾ ਬੱਚੇ ਨੇ ਉਹਨਾਂ ਕੰਠ ਆਟੋਮੈਟਿਕ ਹੋ ਜਾਣੇ ਇਹਨੂੰ ਹੂੰ ਹੂੰ ਹਰ ਆਸੀਂ ਭੁੱਲ ਜਾਣਗੇ ਬੱਚੇ ਨੂੰ ਇੱਕ ਗੱਲ ਦੱਸਣ ਵਾਸਤੇ ਇੱਕ ਬਦਸ ਨਹੀਂ ਪਾਣੀ ਹੂੰ ਜਿਹੜਾ ਬੜਾ ਬੜਾ ਬੰਦਾ ਹੈਗਾ ਉਹਨੂੰ ਦੱਸਣ ਵਾਸਤੇ ਸਾਨੂੰ ਸਵਾਭਾ ਕਹਿਣਾ ਪੈਣਾ ਪਿਆ ਸਿੱਖੋ ਜੀ ਹੂੰ ਹੂੰ ਬਿਲਕੁਲ ਬਿਲਕੁਲ ਬੱਚੇ ਤੁਸੀਂ ਇੱਕ ਵਾਰ ਗੱਲ ਦੱਸਦੇ ਬੱਚਾ ਭੁੱਲੂ ਗਾਣੇ ਤੁਸੀਂ ਤੁਹਾਨੂੰ ਤੁਸੀਂ ਦੱਸਦੇ ਸੀ ਵੀ ਤੁਹਾਨੂੰ ਕਈ ਵਾਰੀ ਵਿੱਚ ਟੋਕ ਦਿੰਦਾ ਸੀ ਵੀ ਮੈਨੂੰ ਨਤਰਿਆਂ ਦੀ ਬਾਣੀ ਜਪਦੀ ਸਾਧੀ ਬਾਣੀ ਮੈਨੂੰ ਕੰਠ ਨਹੀਂ ਹੈਗੀ ਅੱਛਾ ਕੰਠ ਹੈਗੀ ਵਸੇ ਕੋਈ ਮੈਂ ਗਲਤੀ ਹੋ ਜਾਂਦੀ ਗੱਡੀ ਜਾਂਦੇ ਕਿਤੇ ਵੀ ਘਰੋਂ ਜਾਂਦੇ ਅਸੀਂ ਹਮ ਮਾਂ ਪੁੱਤ ਪੋਤੂ ਤਾ ਜਾਣਾ ਮੇਰੇ ਨਾ ਜਪਦੀ ਸਾਧੀ ਬਾਣੀ ਰੰਮ ਕਰ ਲੈਂਦਾ ਇਹ ਬਾਣੀ ਰੰਮ ਕਰਣੀ ਜਪਦੀ ਸਾਧੀ ਪੂਰੀ ਬਾਣੀ ਕਰਨੀ ਹਮ ਹਮ ਤੇ ਵਿੱਚ ਮੈਂ ਕਿ ਤੂੰ ਜਿਆਦਾ ਤੂੰ ਕਰ ਮੈਂ ਆਰੰਭ ਕਰਨੀ ਮੈਂ ਤੇ ਵਿੱਚ ਤੁਖ ਭੁੱਲ ਜਾਣੀ ਨਹੀਂ ਕਹਿੰਦਾ ਐਦਾਂ ਨਹੀਂ ਐਦਾਂ ਹੋਣੀ ਅੱਛਾ ਦੇਖੋ 7 ਸਾਲ ਦੇ ਬੱਚੇ ਦੀ 7 ਸਾਲ ਦੀ ਉਮਰ ਹੈ ਹਾਂਜੀ ਚਾਪੀ ਸਾਹਿਬ ਦੀ ਬਾਣੀ ਕੰਠ ਵਾਲਾ ਮੈਨੂੰ ਇਹ ਕੋਈ ਭੁੱਲ ਜਾਂਦੀ ਕਿਹੜੀ ਆ ਵਿੱਚ ਇਹਨੂੰ ਆਟੋਮੈਟਿਕ ਮੂੰਹ ਚੜੀ ਇਹਨੂੰ ਦੇਖੋ ਜੇ ਕੰਠ ਹੈ ਬਾਣੀ ਉਹ ਲੈ ਹਾਂ 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 ਬੜੀ ਬਾਣੀ ਚਾਪੀ ਸਾਹਿਬ ਦੀ ਹੈ ਕੋਈ ਇਹ ਤਾਂ ਬੜੀ ਮਿਹਨਤ ਕਰਾਣੀ ਪਈ ਹੋਣੀ ਤੁਹਾਨੂੰ ਵਿੱਚ ਕੋਈ ਮਿਹਨਤ ਨਹੀਂ ਕੋਈ ਮਿਹਨਤ ਨਹੀਂ ਹਾਂ ਹਾਂ ਬੱਚੇ ਤਾਂ ਤੁਸੀਂ ਲਾਉਣ ਵਾਸਤੇ ਕੋਈ ਮਿਹਨਤ ਨਹੀਂ ਦੀ ਮੈਂ ਕਿਹਾ ਤੁਸੀਂ ਵੇਖੋ ਰਾਤ ਵੀ ਇੱਥੇ ਭਰਤਗੜੀ 30 ਕਿਲੋਮੀਟਰ ਦੇ ਲਾਗੇ ਹੈਗਾ ਜੀ ਤੁਸੀਂ ਉੱਥੇ ਬੱਚੇ ਨੂੰ ਲੈ ਕੇ ਗਏ ਇਸ ਤਰ੍ਹਾਂ ਜਿਹੜਾ ਸਾਡੇ ਜਿਹੜੇ ਪ੍ਰਚਾਰਕ ਸਿੰਘ ਵੀ ਹੈਗੇ ਆ ਕਿਦਾਂ ਵੀ ਉਹ ਵੀ ਕਹਿੰਦੇ ਵੀ ਰੱਬ ਪਲਾਂ ਘਰ 'ਚ ਹੀ ਹੈ ਸਾਰਾ ਕੁਝ ਪ੍ਰਸੰਗਤ ਦਾ ਸੰਕਲਪ ਤੇ ਸਾਨੂੰ ਦਿੱਤਾ ਗਿਆ ਸੀ ਇਹ ਬੱਚਿਆਂ ਨੂੰ ਸੰਗਤ ਦੇ ਵਿੱਚ ਨਹੀਂ ਲੈ ਕੇ ਜਾਵਾਂਗੇ ਤਾਂ ਉਹਨਾਂ ਨੂੰ ਰੰਗਤ ਕਿਵੇਂ ਚੜੇਗੀ ਸੋ ਉਹ ਤੁਸੀਂ ਉਦਮ ਕਰ ਰਹੇ ਹੋ ਵੈਸੇ ਘਰ ਦੇ ਵਿੱਚ ਜਿੱਦਾਂ ਤੁਸੀਂ ਮਾਹੌਲ ਬਣਾਇਆ ਉੱਪਰ ਬੜਾ ਵਧੀਆ ਤੁਸੀਂ ਮਹਾਰਾਜ ਦਾ ਪ੍ਰਕਾਸ਼ ਕੀਤਾ ਤੇ ਬੱਚੇ ਇਹ ਬੱਚਾ ਉੱਥੇ ਪਾਠ ਕਰਦਾ ਏ ਤੇ ਤੁਸੀਂ ਲਾਇਆ ਉਸ ਪਾਸੇ ਨੂੰ ਤਾਂ ਇੱਕ ਇਹ ਬੜਾ ਵਧੀਆ ਤੁਸੀਂ ਉਦਮ ਕਰ ਰਹੇ ਹੋ ਉਦਮ ਪ੍ਰੀਪੇਰੈਂਸ ਜਿਹੜੇ ਉਹਨਾਂ ਦਾ ਘਟ ਗਿਆ ਹੋਇਆ ਤੇ ਇਹ ਮੈਂ ਉਹ ਮੈਂ ਪੁੱਛਦਾ ਵੀ ਤੁਸੀਂ ਜਿਹੜਾ ਇਹ ਇਹਨੂੰ ਇਸ ਤਰ੍ਹਾਂ ਲਾਇਆ ਜਿਹੜਾ ਹੈਗਾ ਕਿਵੇਂ ਤੁਹਾਡੇ ਤੁਸੀਂ ਆਪ ਜੁੜੇ ਹੋਏ ਹੋ ਤੁਸੀਂ ਆਪਣੀ ਜਿਹੜੀ ਜੋਗ ਹੈ ਕੀਤੀ ਹੈ ਮਿਲਟਰੀ ਦੇ ਵਿੱਚ ਰਹੇ ਹੋ ਤੁਸੀਂ ਤੇ ਉਥੇ ਮੈਂ ਮੇਰੇ ਬੜੇ ਦੋਸਤ ਨੇ ਜਿਹੜੇ ਮਿਲਟਰੀ ਦੇ ਵਿੱਚ ਆ ਤਾਂ ਉਹ ਜਿੰਨੇ ਕਿਉਂਕਿ ਨਾ ਉਹਨਾਂ ਨੇ ਹਰ ਰੋਜ਼ ਮੌਤ ਦੇ ਨਾਲ ਉਹਨਾਂ ਦਾ ਇੱਕ ਦਿਨ ਹੁੰਦਾ ਤਾਂ ਪਰਮਾਤਮਾ ਦੇ ਨੇੜੇ ਮੈਨੂੰ ਲੱਗਦਾ ਮੈਂ ਤਾਂ ਸਿੱਖ ਜਿੰਨੇ ਵੀ ਆਪਣੇ ਸਿੱਖ ਮੇਰੇ ਦੋਸਤ ਆ ਉਹ ਇੰਨੇ ਮਤਲਬ ਜੁੜੇ ਆ ਨਾ ਜੀ ਤੇ ਉਹ ਮੈਨੂੰ ਲੱਗਦਾ ਵੀ ਉਹ ਪ੍ਰਭਾਵ ਜ਼ਰੂਰ ਪਿਆ ਤੇ ਇਹ ਇਹਨੂੰ ਵੀ ਬੱਚਾ ਵੀ ਇਹ ਕਹਿੰਦਾ ਵੀ ਮੇਰੇ ਸਭ ਤੋਂ ਚੰਗੇ ਹੈ ਜੀ ਆ ਬੰਦਾ ਮੇਰਾ ਹੈਗਾ ਜਿਹੜਾ ਮੈਂ ਜਿਨ੍ਹਾਂ ਦੇ ਨਾਲ ਮੈਂ ਰਹਿੰਦਾ ਕਰਦਾ ਹੈ ਜੀ ਦੇਖੋ ਜੀ ਸਹੀ ਬੱਚਾ ਬੋਲ ਰ ਮਨੋ ਹਿਰਦੇ ਤੇ ਬੋਲ ਰ ਹੈ ਹਿਰਦੇ ਤੇ ਬੋਲ ਰ ਇਹ ਹਾਂ ਬਿਲਕੁਲ ਬਿਲਕੁਲ ਹੈ ਜੀ ਹਿਰਦੇ ਬੋਲ ਰ ਹਿਰਦੇ ਉਹ ਇਹਦਾਂ ਨਹੀਂ ਕਰੇ ਅਬ ਇਹ ਬੰਦਾ ਹੈਗਾ ਬੰਦੇ ਨੇ ਰਾਤ ਸੁਣਾ ਜੀ ਬੰਦੇ ਨੇ ਬੰਦਾ ਬਣਾਣਾ ਜੀ ਜੀ ਆਪਣੇ ਬੰਦਾ ਵਾਸਤਾ ਹੈਗਾ ਚਲ ਅਸੀਂ ਤਾਂ ਕੁਝ ਨਹੀਂ ਉਹਨਾਂ ਇੱਧਰ ਲੈ ਕੇ ਨਹੀਂ ਹੈ ਉਹ ਦੇਖੋ ਕਿੱਧਰ ਕਿੱਧਰ ਗਏ ਬੰਦਾ ਬਾਦ ਕਿੱਥੇ ਹਾਂ ਆਇਆ ਕੰਮ ਜੀ ਜੀ ਹਾਂ ਜੀ ਪੋ ਪਹਿਲੇ ਵੀ ਦਸਮ ਪਾਸ਼ੇ ਨੇ ਬੰਦਾ ਬਸਰ ਮੈਂ ਕਹਿੰਨੇ ਮਿਲਿਆ ਹੀ ਪੜਿਆ ਹੀ ਮੈਂ ਹਾਂ ਜੀ ਜੀ ਬਿਲਕੁਲ ਪਹਿਲੇ ਵੀ ਹੋਈ ਉੱਥੇ ਜਾ ਕੇ ਮਿਲ ਗਏ ਇਹਨਾਂ ਨੂੰ ਹਾਂ ਜੀ ਹੁਣ ਅਸੀਂ ਕਿਸੇ ਮੋੜ ਤੇ ਬੱਚੇ ਨੂੰ ਠੋਕਰ ਮਾਰੀ ਸਮਝਾਇਆ ਇਹਨੂੰ ਕਿਸੇ ਮੋੜ ਤੇ ਇਹਨੂੰ ਕੰਮ ਆਉਂਗੇ ਜੀ ਇਹ ਹਾਂ ਬਿਲਕੁਲ ਬਿਲਕੁਲ ਔਖੇ ਪਿੰਡਿਆਂ ਤੇ ਇਹ ਬੱਚੇ ਨੂੰ ਇਹਨੂੰ ਰਸਤਾ ਦੱਸੂਗਾ ਜੀ ਅਈ ਤੇ ਦੁਨੀਆ ਅਈ ਤੇ ਚਲ ਅੱਜ ਨਹੀਂ ਹੋ ਰਹੀ ਤੇ ਜ਼ਿੰਦਗੀ ਦੇਖ ਲਈ ਆਪਣੀ ਹੁਣ ਤੁਸੀਂ ਕੀਰਤਨ ਸਿਖਾ ਰਹੇ ਹੋ ਇਹਨੂੰ ਜੀ ਸਰ ਫੇ ਅਸੀਂ ਤੁਸੀਂ ਕਹਿ ਰਹੇ ਟੀ ਕੀਰਤਨ ਵੀ ਸਿਖਾ ਰਹੇ ਹੋ ਤੇ ਨਾਲ ਗਤਕਾ ਵੀ ਸਿਖਾ ਰਹੇ ਹੋ ਸਾਰੇ ਕੰਮ ਤੇ ਆਪਣੇ ਘਰ ਦੇ ਕੰਮ ਦੇ ਕੁਝ ਜ਼ਮੀਨ ਜ਼ਿਮੀਂਦਾਰਾਂ ਕੋਲ ਸਮਾਂ ਵੀ ਨਹੀਂ ਹੁੰਦਾ ਦੇਖੋ ਸਮਾਂ ਨਹੀਂ ਹੁੰਦਾ ਇਹ ਕੱਢਣਾ ਪੈਂਦਾ ਇਹ ਆਪਣੀ ਇੱਕ ਸਾਡਾ ਜਿਹੜਾ ਖਜ਼ਾਨਾ ਹੈ ਤੁਸੀਂ ਕਹਿ ਰਹੇ ਹੋ ਮੈਂ ਜਿਹਨੂੰ ਦੱਸੀ ਰਹੇ ਉਹ ਵੀ ਅੱਗੇ ਜਾ ਕੇ ਬੱਚੇ ਜੋ ਸਾਡੇ ਹੱਥਾਂ ਚੋਂ ਨਿਕਲ ਜਾਂਦੇ ਐ ਹਾਂਜੀ ਇਹ ਖਜ਼ਾਨਾ ਨਹੀਂ ਸੰਭਾਲਿਆ ਬਾਕੀ ਸਾਰੇ ਖਫੇ ਰੁੱਲ ਜਾਂਦੇ ਤੁਸੀਂ ਜੀ ਆਪਣੇ ਬੱਚੇ ਨੂੰ ਖੁਦ ਦੇਖਿਆ ਹੱਥੀ ਲੈ ਤੈਨੂੰ ਕਿ ਹੱਥੀ ਛੋਟਾ ਬੱਚਾ ਦੀ ਡੈਥ ਹੋ ਜਾਂਦੀ ਨਾ ਬੱਚੇ ਨੂੰ ਕੱਲ੍ਹ ਕਿਸ ਜਾਨੇ ਅਸੀਂ ਜਾਨੇ ਕੱਲ੍ਹ ਕਿਨਾਂ ਲੈ ਕੇ ਜਾਂਦੇ ਅਸੀਂ ਬਿਲਕੁਲ ਉਹ ਗਲਤੀ ਕੀਦੀ ਐ ਇਹ ਸਿੱਧੀ ਕਹਿੰਦੇ ਅਕਾਲ ਪੁਰਖ ਦੀ ਗਲਤੀ ਐ ਅਕਾਲਪੁਰ ਦੀ ਗਲਤੀ ਨਹੀਂ ਹੈਗਾ ਗਾਪੁਰ ਨੇ ਬੰਦੇ ਬਣਾਇਆ ਸਾਨੂੰ ਅਸੀਂ ਗਾਹਾਂ ਬੰਦੇ ਆਉਣਾ ਪਰਿਵਾਰ ਚਲਾਣਾ ਸੰਸਾਰ ਚਲਾਣਾ ਜੀ ਜਿਵੇਂ ਅਸੀਂ ਬੱਚੇ ਨੂੰ ਦੇਖਣਾ ਨਹੀਂ ਹੈਗਾ ਅਸੀਂ ਤਾਂ ਆਪਣੇ ਸਕਰੀਨਾਂ ਚ ਲਾ ਲਈ ਅਮਰ ਕੱਢ ਲਈ ਟੀਵੀ ਫੋਨਾਂ ਕੱਢ ਦੇਈਆਂ ਬਿਲਕੁਲ ਆਰਾਮ ਨਾਲ ਸੋਣਾ ਬੱਚਾ ਜੋ ਮਰਜ਼ੀ ਕਰੇ ਤੇ ਬੱਚੇ ਮਗਰ ਪਿਆਰਾ ਰੱਖਣਾ ਹੈਗਾ ਬੱਚੇ ਤਾਂ ਆਪਣੇ ਟਾਈਮ ਦੇ ਟਾਈਮ ਫਿਰ ਕੁਝ ਤਾਂ ਕੋਈ ਬੱਚੇ ਨੇ ਕਰਨੇ ਆ ਜੀ 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 ਸਾਡੀ ਜਿਹੇ ਗੱਲ ਕੌੜੀ ਲੱਗੇ ਕਿਸੇ ਨੂੰ ਇਹ ਤਾਂ ਇਹ ਕਹਿੰਦੇ ਆ ਜੀ ਜੀ ਬੱਚੇ ਤੁਸੀਂ ਚੰੜਣਾ ਪੈਣਾ ਮੇਰੇ ਬੱਚੇ ਚੰਡੂ ਕੇ ਬੱਚਾ ਤੁਹਾਡਾ ਗਾਹਾਂ ਹੋ ਕੇ ਤੁਹਾਡਾ ਸਾਥ ਦਊਗਾ ਅਜੇ ਤੁਸੀਂ ਬੱਚੇ ਬੱਚੇ ਨੂੰ ਚੰਡਿਆ ਬੋਚੋ ਕਿਦਾਂ ਚੰਡਿਆ ਨੂੰ ਪੁੱਛੋ ਅੱਛਾ ਕਿਵੇਂ ਚੰਡਿਆ ਤੁਹਾਨੂੰ ਮਤ ਦੱਸ ਲੱਲਾ ਮੈਂ ਦਾਦੀ ਨੇ ਕਰਵਾ ਦਾਨ ਮੇਰਾ ਕੰਮ ਕਿਸੇ ਗਲਤ ਕੰਮ ਚ ਕਰਵਾ ਰਹਾ ਤਾਂ ਸੁਣ ਸੁਣ ਫਿਰ ਮੈਨੂੰ ਫਿਰ ਨਾਲ ਮੈਨੂੰ ਇੱਕ ਮੇਰੇ ਸਕੂਲ ਚ ਪਿਛਾਰ ਜੂ ਕਿਦਿਸ ਤਾਦਾ ਕਿ ਉਸੇ ਕਿਸੇ ਦੇ ਵੀ ਮੈਂ ਇਹ ਨਾਲ ਮੈਨੂੰ ਉਹ 10 ਗੁਰੂ ਦੇ ਨਾਮ ਕਰਵਾ ਦੇ ਪੰਜ ਪਿਆਰੇ ਜੀ ਮੂਰ ਮੰਤਰ ਕਰਾਇਆ ਮੈਨੂੰ ਯਾਦ ਫਿਰ ਮੈਂ ਕਰਿਆ ਸਾਥ ਸਾਥ ਦੇ ਮੈਂ ਸਾਰੇ ਪੱਲੇ ਪੱਲੇ ਯਾਦ ਕਰੇ ਜੀ ਚੰੜਨ ਦੀ ਗੱਲ ਇਹੀ ਨਹੀਂ ਬਈ ਚੰੜਨ ਦਾ ਮਤਲਬ ਕੁੱਟਣਾ ਨਹੀਂ ਨੋ ਚੰੜਨ ਦਾ ਮਤਲਬ ਬੱਚੇ ਨੂੰ ਲੈਣ ਤੇ ਕਿਦਾਂ ਤੋਰਨਾ ਤੁਸੀਂ ਹਮ ਹੁਣੇ ਬੱਚੇ ਨੂੰ ਖੇਤੀ ਦਾ ਕੰਮ ਵੀ ਆਉਂਦਾ ਛੋਟਾ ਬੱਚਾ ਦੇਖੋ ਹਮ ਹ ਕਮਾਂਦੀ ਕਿਦਾਂ ਕਮਾਂਦੀ ਕਿਦਾਂ ਵੀ ਜਾਨਾ ਕਿਦਾਂ ਵੀ ਜਾਨਾ ਉਹ ਆਉਂਦਾ ਇਹਨੂੰ ਗੰਨਾ ਬੀਜਣ ਵਾਸਤਾ ਅੱਛਾ ਜੀ ਨਸ਼ਟੇ ਨੂੰ ਮੇਰੇ ਕੋਲ ਤਾਂ ਬੜਾ ਕੁਝ ਲਿਖਿਆ ਸੀ ਹੁਣ ਕਿਉਂਕਿ ਸਾਡੇ ਵੀਡੀਓ ਦਾ ਵੀ ਬੱਚਿਆਂ ਨੂੰ ਸਿਖਾਉਣਾ ਪੈਂਦਾ ਜੀ ਹਾਂਜੀ 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 ਟਰੈਕਟਰ ਬੰਨੋ ਜੇ ਪੇ ਕਿੱਥੇ ਗਿਆ ਮਾੜਾ ਮੋਟਾ ਦੱਸਵੇ ਬੱਚੇ ਨੂੰ ਜੀ ਜੀ ਤੇ ਘੋੜੇ ਵਾਸਤੇ ਵੀ ਕਿਦਾਂ ਕੁਝ ਕਰਨਗੇ ਕਰਨਾ ਨਹੀਂ ਬੜੀ ਮਿਹਨਤ ਹੈ ਜੀ ਪਤਾ ਲੱਗ ਰਿਹਾ ਹੈ ਤੇ ਬੰਦੇ ਆਪਣੇ ਖੇਤਾਂ ਦਾ ਨਾਂ ਨਹੀਂ ਕਿਹੜਾ ਖੇਤ ਕਿੱਥੇ ਗਿਆ ਦੱਸਾਂਗਾ ਬੱਚੇ ਨਹੀਂ ਦੱਸਾਂਗਾ ਬੱਚੇ ਨੇ ਸਾਡੇ ਕੋਲ ਤੋਂ ਸਾਡੇ ਬੂਰੇ ਟੋਏ ਆ ਫੇਰ ਕੋਈ ਇੰਤਜ਼ਾਰ ਲੰਮਾ ਨਹੀਂ ਹੈਗਾ ਜੀ 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 ਫੇਰ ਕਹਣਾ ਬੱਚਾ ਆ ਕਰ ਗਿਆ ਬੱਚਿਆਂ ਦਾ ਇਹਦੇ ਕੰਮ ਇਹਦਾ ਫਾਦਰ ਇਹਦੇ ਫਾਦਰ ਸਾਹਿਬ ਆਪਣੇ ਇਸ ਵੇਲੇ ਕਿੱਥੇ ਨੇ ਜੀ ਉਹ ਜੀ ਇੱਥੇ ਪਹਿਲੇ ਮੇਰੇ ਕੋਲ ਖੇਤੀ ਕਰਦੇ ਰਿਹਾ ਘਰੇ 5-6 ਸਾਲ ਕੀਤੀ ਪਹਿਲੇ ਪੜ੍ਹਿਆ-ਪੜ੍ਹਿਆ ਉਹਦੀ ਉਮਰ 30 ਸਾਲ ਦੀ ਹੋਈ ਹੋ ਹਾਂ ਜੀ ਹਾਂ ਜੀ ਅੱਛਾ ਅੱਛਾ ਕਿਹੜੀ ਜਗ੍ਹਾ ਚੱਲ ਗਈ ਉਹ ਕੈਲਗਰੀ ਜਿਸ ਟਾਈਮ ਹਾਂ ਜੀ ਅੱਛਾ 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 ਤੁਸੀਂ ਬੋਤਾਂਰ ਗੱਲ ਅੱਛਾ ਅੱਛਾ ਹਾਂ ਜੀ ਇੱਕ ਬੇਟਾ ਮੇਰਾ ਆਰਮੀ ਚ ਹੈ ਦੋ ਬੇਟੇ ਮੇਰੇ ਅੱਛਾ ਦੋ ਬੇਟੇ ਨੇ ਇੱਕ ਆਰਮੀ ਚ ਹਾਂ ਜੀ ਤਾਂ ਸਾਡਾ ਸੰਗਤ ਨੂੰ ਵਹੀ ਸਹਿਯੋਗ ਹੈ ਤਾਂ ਇਹ ਕਹਿੰਦੇ ਜੀ ਬਤ ਬਤ ਨਵੇਂ ਹਰੇਕ ਨੂੰ ਸਹਿਯੋਗ ਕਰਨ ਵਾਸਤੇ ਤਿਆਰ ਹੈ ਜਿਹੜੇ ਬੱਚੇ ਤੁਸੀਂ ਪ੍ਰਿਪੇਅਰ ਕਰੋਗੇ ਮੈਂ ਉਹ ਦਿਨ ਦੀ ਲੋੜ ਤਾਂ ਹੀ ਦਵਾਂਗੇ ਹਾਂ ਹਾਂ ਕਿਸੇ ਵੀ ਗਰੀਬ ਤਗਰੀ ਬੱਚੇ ਨੂੰ ਮੈਂ ਮਦਦ ਦੇਣ ਲਈ ਤਿਆਰ ਚਲੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਸਾਹਿਬ ਨੇ ਤੁਹਾਨੂੰ ਬਹੁਤ ਚੰਗਾ ਵਧੀਆ ਫਲ ਦਿੱਤਾ ਜਿਹੜਾ ਦੇਖੋ ਤੁਹਾਡੀ ਮਿਹਨਤ ਨੂੰ ਫਲ ਲੱਗਿਆ ਹੋਇਆ ਹੈ ਇਹ ਤੇ ਹਾਂ ਜੀ ਜਿੱਤੇ ਅਸੀਂ ਮਤਲਬ ਅਰਦਾਸ ਸਾਡੀ ਇਹੀ ਹੈ ਕਿ ਗੁਰੂ ਸਾਹਿਬ ਇਹਨੂੰ ਹੋਰ ਚੜ੍ਹਦੀ ਕਲਾ 'ਚ ਰੱਖੇ ਤੇ ਹੋਰ ਇੱਕ ਚੰਗਾ ਗੁਰਸਿੱਖ ਜਿਨ੍ਹਾਂ ਦੀਆਂ ਵਾਰਾਂ ਗਾਉਂਦਾ ਏ ਉਹ ਜੇ ਬਣੇ ਹੈ ਨਾ ਜੀ ਜੀ ਧੰਨਵਾਦ ਹਾਂ ਜੀ ਹਰੀ ਸਿੰਘ ਨਰਗੂ ਦੀ ਬਾਤ ਸੁਣ ਲੋ ਉਹ ਵੀ ਆਉਂਦੇ ਜੀ ਹਾਂ ਜੀ ਪੂਰੇ ਰਿਐਕਸ਼ਨ ਹਾਂ ਜੀ ਵੀ ਸ੍ਰੀ ਹਾਂ ਜੀ ਆ ਗੁਰੂਆਂ ਦੇ ਤੁਸੀ ਦਸਮ ਪਾਤਸ਼ਾਹ ਦਾ ਦੇਖੋ ਇਹਨਾਂ ਇਹਨੂੰ ਬੱਚੇ ਨੂੰ ਪਤਾ ਵੀ ਵਾਰ ਔਰ ਕਵਿਸ਼ਰੀ 'ਚ ਫਰਕ ਕੀ ਹੈਗਾ ਤੇ ਉਹ ਗੱਲ ਵੀ ਵਾਰਨੀ ਹੈ ਕਿ ਕਵਿਸ਼ਰੀ ਹੈਗੀ ਇਹ ਦੇਖੋ ਇਹ ਇਹ ਵੱਡੀ ਗੱਲ ਹੈ ਜੀ ਸਰ ਜੀ ਸਰ ਨੰਬਰ 2 ਸਾਨੂੰ ਆਪਣੇ ਆਪਣੇ ਦਾਦੇ ਤੇ ਪਰਦਾਦੇ ਦਾ ਨਾਮ ਨਹੀਂ ਪਤਾ ਹੋਣਾ ਇਹਨੂੰ ਪੁੱਛੋ ਬੱਚਿਆਂ ਨੂੰ ਕਿ ਗੁਰੂ ਗੋਬਿੰਦ ਸਿੰਘ ਦਾ ਪਰਦਾਦਾ ਕੌਣ ਹੈਗਾ ਦਾਦਾ ਕੌਣ ਪਰਦਾਦਾ ਕੌਣ ਗੁਰੂ ਗੋਬਿੰਦ ਸਿੰਘ ਦੱਸ ਦਿਓ ਕਿ ਹਾਂ ਜੀ ਦਸਮ ਪਾਤਸ਼ਾਹ ਦਾ ਪਰਦਾਦਾ ਕੌਣ ਦਾਦਾ ਕੌਣ ਹੀ ਪਤਾ ਨਹੀਂ ਪਾਤਸ਼ਾਹ ਦਾ ਮਹਿੰਦ ਪਾਤਸ਼ਾਹ ਜੀ ਦਾ ਦਾਦਾ ਹੈ ਸਿਧਾਰਾ ਗੋਬਿੰਦ ਸਿੰਘ ਜੀ ਪਰਦਾਦਾ ਕੌਣ ਸੀ ਪੜਦਾ ਹਾਂ ਹਾਂ ਉਹ ਹੈ ਅਰਜਨ ਦੇਵ ਜੀ ਗੁਰੂ ਰਾਜਾ ਦੇਵ ਦੇਖੋ ਸਾਨੂੰ ਆਪਣੇ ਬੱਚੇ ਨੂੰ ਕਿੱਥੇ ਤੁਸੀਂ ਬੱਚੇ ਜਿੱਥੇ ਮੜੀ ਜੜਾ ਦਮਾ ਰਹਿ ਗਏ ਨਾ ਜੀ ਹੋਰ ਵੀ ਪੁੱਛਣਾ ਹੈ ਜੇ ਬਾਅਦ ਮੇਰਾ ਪੜ 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 ਜਿੱਦਾਂ ਮੇਰਾ ਗੁਰੂ ਸਿੰਘ ਆ ਜੀ ਇਹ ਮਾਲਾ ਸਾਡਾ ਸੰਗਤ ਨੂੰ ਇਹੀ ਕਹਿੰਦਾ ਰਾਜ ਜਿਹੜਾ ਆਪਣੇ ਗੁਰੂ ਵਿਰਾਸਤ ਨੂੰ ਵਿਸਰ ਗਿਆ ਨਾ ਉਹਦੇ ਵਾਸਤੇ ਰਸਾ ਤਿਆਰ ਹੈ ਬਿਲਕੁਲ ਚਾਹੇ ਦੁੱਖਾ ਜਾਂ ਸੁਖ ਇਹਦੇ ਕਹਿੰਦੇ ਆਡੀ ਵਿਰਾਸਤ ਨੂੰ ਸੰਭਾਲੋ ਆਪਣੇ ਪਛੋਕੜਾਂ ਨੂੰ ਸਿਆਣੇ ਦੱਸੋ ਉਹਨਾਂ ਬਾਰੇ ਗੁਰਸਿੱਖੀ ਵਾਸਤੇ ਲਾਓ ਚਲੋ ਹੁਣ ਅਸੀਂ ਨਾ ਜੀ ਅ ਅਵਰਾਜ ਸਿੰਘ ਦਾ ਗਤਕਾ ਵੀ ਆਪਾਂ ਦੇਖਣਾ ਹੈ ਤੇ ਬਾਕੀ ਉੱਪਰ ਉੱਪਰ ਜਿਹੜਾ ਹੈਗਾ ਅ ਗੁਰਦੁਆਰਾ ਸਾਹਿਬ ਬਣਾਇਆ ਹੈ ਤੇ ਉਹ ਵੀ ਅਸੀਂ ਹਾਂਜੀ ਦਰਬਾਰ ਬਣਾਇਆ ਜਿਹੜਾ ਹੈ ਨਾ ਉਹ ਵੀ ਆਪਾਂ ਦੇਖਣਾ ਹੈ ਇਹ ਬੱਚੇ ਨੂੰ ਅਰਦਾਸ ਆ ਪੂਰਾ ਦੇਖੋ ਹਾਂਜੀ ਅਰਦਾਸ ਵੀ ਕਰਦਾ ਤੁਸੀਂ ਹਾਂਜੀ ਮੈਂ ਕਿਹਾ ਉਹੀ ਵੀ ਸਾਡੇ ਕੋਲ ਤੁਸੀਂ ਜਿੰਨਾ ਕੁਝ ਦੱਸਿਆ ਉਹਨਾਂ ਅਸੀਂ ਕਵਰ ਤਾਂ ਨਹੀਂ ਕਰ ਸਕਦੇ ਪਰ ਬੱਚੇ ਦਾ ਸੰਗਤ ਨੂੰ ਪਤਾ ਅੱਜ ਤਾਂ ਚਲੋ ਇੱਕ ਇਹ ਸੀ ਵੀ ਹੋਰ ਜਿਹੜੇ ਬੱਚੇ ਆ ਉਹ ਵੀ ਇਸ ਪਾਸੇ ਜੁਣ ਇਹਨੂੰ ਦੇਖ ਕੇ ਇਹਨੂੰ ਦੇਖ ਕੇ ਭਰਤਗੜਾ ਮੁੰਡਾ ਇੱਕ ਤਿਆਰ ਹੋ ਗਿਆ ਜੀ ਜੀ ਇਹਨੂੰ ਦੇਖ ਕੇ ਮੁੰਡਾ ਭਰਤਗੜਾ ਨਹੀਂ ਮੁੰਡਾ ਗੱਤਰੇ ਪੈਸੇ ਉੱਤੇ ਫਿਰਦਾ ਸੀ ਟੋਟਾ ਦੇ ਨਾਲ ਨਾਲ ਘੁੰਮਦਾ ਸੀ ਹਾਂਜੀ ਹਾਂਜੀ ਉਹ ਮੈਂ ਕਹਿੰਦਾ ਇਹਨੂੰ ਕੋਈ ਮੈਨੂੰ ਜਫਰਨਾਵਾ ਕਹਿੰਦਾ ਮੈਂ ਉਹਦਾ ਸਿੱਖ ਨਹੀਂ ਦੱਸਦਾ ਜੀ ਅੱਛਾ ਅੱਛਾ ਜੀ ਹਾਂਜੀ ਇਹ ਬਿਲਕੁਲ ਬਿਲਕੁਲ ਇਹ ਤਾਂ ਹੈਗਾ ਨਹੀਂ ਬਿਲਕੁਲ ਹੁੰਦਾ ਜੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਨੂੰ ਇਸ ਸਵੇਰ ਦੇ ਖੇਚਲ ਦੇ ਰਹੇ ਹਾਂ ਜੀ ਤੇ ਬਹੁਤ ਗੁਰੂ ਸਾਹਿਬ ਨੂੰ ਅਰਦਾਸ ਹੈ ਵੀ ਬੱਚਾ ਹੋਰ ਬਲੰਦੀਆਂ ਸ਼ੋਭੇ ਦੇ ਚੜ੍ਹਦੀ ਕਲਾ ਰੇ ਗੁਰਸਿੱਖ ਪਰਪਾ ਕਰ ਰਵੇ ਜੀ ਧੰਨਵਾਦ ਧੰਨਵਾਦ ਸੋ ਐਸੀ ਅਵਰਾਜ ਸਿੰਘ ਜੀ ਜਿਹਦੇ ਬਾਰੇ ਅਸੀਂ ਚੰਗੇ ਅਵਰਾਜ ਸਿੰਘ ਜੀ ਦੇ ਬਾਰੇ ਅੱਜ ਤੁਹਾਨੂੰ ਸਾਰਾ ਦਿਖਾਇਆ ਇੱਕ ਛੋਟਾ ਜਿਹਾ ਬੱਚਾ 7 ਸਾਲ ਦੀ ਉਮਰ ਆ ਬਾਬਾ ਫਤਿਹ ਸਿੰਘ ਜੀ ਦੀ ਵੀ 7 ਸਾਲ ਦੀ ਉਮਰ ਸੀ ਦੇਖੋ ਉਹ ਗੁਰੂ ਦੀਆਂ ਕਰਾਮਾਤਾਂ ਐ ਗੁਰੂ ਦੇ ਦੀ ਬਖਸ਼ਿਸ਼ ਇਹਨੂੰ ਆਪਾਂ ਕਹਿ ਸਕਦੇ ਆ ਜਿਹਦੇ ਤੇ ਗੁਰੂ ਦੀ ਮਿਹਰ ਹੋਵੇ ਤੇ ਉਹ ਬਖਸ਼ਿਸ਼ ਇਸ ਤਰ੍ਹਾਂ ਦੀ ਆਪਾਂ ਨੂੰ ਦਿਖਦੀ ਹੈ ਤੇ ਇਹ ਬਖਸ਼ਿਸ਼ ਪਰਿਵਾਰ ਤੇ ਹੈਗੀ ਹੈ ਦੇਖੋ ਇਹਨਾਂ ਦੇ ਦਾਦਾ ਜੀ ਨੇ ਕਿਵੇਂ ਇਸ ਇੱਕ ਫਸਲੀ ਹੈ ਆਪਾਂ ਜਿਵੇਂ ਸਿੰਜਾਂਗੇ ਉਹਨਾਂ ਦੀ ਫਸਲ ਸਨਫਲ ਮਿਲੇਗਾ ਤੋਂ ਉਹਨਾਂ ਨੇ ਬੜਾ ਵਧੀਆ ਤਰੀਕੇ ਨਾਲ ਬੱਚੇ ਦਾ ਪਾਲਣ ਪੋਸ਼ਣ ਕੀਤਾ ਕਿਵੇਂ ਕਹਿੰਦੇ ਵੀ ਅਸੀਂ ਘਰ ਦੇ ਵਿੱਚ ਜਿਹੜੇ ਆ ਕੋਈ ਵੀ ਟੈਲੀਵਿਜ਼ਨ ਜਾਂ ਫੋਨ ਦੇ ਵਿੱਚੋਂ ਕਿਦਾਂ ਉਹਨਾਂ ਨੂੰ ਦੂਰ ਰੱਖਿਆ ਹੋਇਆ ਹੈ ਤੇ ਟੀਵੀ ਟੈਲੀਵਿਜ਼ਨ ਦੇਖਦੇ ਨੇ ਪਰ ਕੀ ਦੇਖਦੇ ਨੇ ਕੀ ਦਿਖਾਣਾ ਇਹ ਪੇਰੈਂਟਸ ਨੂੰ ਬੜਾ ਜਰੂਰੀ ਅੱਜਕੱਲ ਸਾਡੇ ਜਿਹੜੇ ਪੇਰੈਂਟਸ ਹੈਗੇ ਆ ਆਮ ਹੀ ਬੱਚਾ ਨੂੰ ਫੋਨ ਫੜਾ ਕੇ ਆਪ ਕਿਤੇ ਨਾ ਕਿਤੇ ਚਲੇ ਜਾਂਦੇ ਨੇ ਸੋ ਇਹ ਜਿਹੜਾ ਧਿਆਨ ਬੜਾ ਜ਼ਰੂਰੀ ਹੈ ਬੱਚਿਆਂ ਨੂੰ ਫੋਨ ਵੀ ਦੋ ਟੈਲੀਵਿਜ਼ਨ ਵੀ ਦਿਖਾਓ ਪਰ ਕਿਵੇਂ ਦਿਖਾਣਾ ਹੈ ਇਹ ਸਾਨੂੰ ਇਸ ਅਵਰਾਜ ਸਿੰਘ ਤੋਂ ਸਿੱਖਣਾ ਚਾਹੀਦਾ ਹੈ ਔਰ ਕਿੰਨਾ ਖੂਬਸੂਰਤ ਇਹਨਾਂ ਤਰੀਕੇ ਨਾਲ ਸਾਰੇ ਜਵਾਬ ਦਿੰਦੇ ਆ ਕਿੰਨੀਆਂ ਬਾਣੀਆਂ ਕੰਠਨ ਹੈ ਇੱਕ ਇਹ ਕਲਪਨਾ ਤੋਂ ਪਰੇ ਹੈ ਗੱਲ ਇਹਨੂੰ ਅਸੀਂ ਕਹਿੰਦੇ ਐਨਾ ਕੁਝ ਇਸ ਐਨੇ ਕ ਉਮਰ ਦੇ ਵਿੱਚ ਬੱਚੇ ਨੂੰ ਹਾ ਹਾਜ਼ਰ ਜਵਾਬੀ ਔਰ ਸਾਰੇ ਕੰਮ ਦੇਖੋ ਕਿਵੇਂ ਕਰ ਰਹੇ ਨੇ ਔਰ ਪਰਿਵਾਰ ਆਨੰਦਪੁਰ ਸਾਹਿਬ ਤੋਂ ਕਿੰਨੀ ਦੂਰ ਬੈਠੇ ਨੇ ਤਾਂ ਆਨੰਦਪੁਰ ਸਾਹਿਬ ਜਾ ਕੇ ਔਰ ਬੱਚੇ ਨੂੰ ਆਪਣਾ ਕੀਰਤਨ ਸਿਖਾ ਰਹੇ ਨੇ ਗਤਕਾ ਭਰਤਗੜ ਇੱਕ ਇੱਥੇ ਤੋਂ 30 ਕਿਲੋਮੀਟਰ ਮੈਂ ਪਹਿਲਾਂ ਵੀ ਦੱਸਿਆ ਉੱਥੇ ਜਾ ਕੇ ਕੈਂਪ ਗਤਕੇ ਦਾ ਲਵਾਇਆ ਪਰਿਵਾਰ ਦੇ ਵਿੱਚ ਵੀ ਚਾਹ ਹੋਣਾ ਚਾਹੀਦਾ ਸੰਗਤ ਜਿੰਨੀ ਜਿਹੋ ਜੀ ਸੰਗਤ ਕਰਾਓਗੇ ਉਸ ਜਿਹੜਾ ਬੱਚਾ ਜਿਹੜਾ ਬਣੇਗਾ ਸੋ ਇਸੇ ਤਰ੍ਹਾਂ ਤੁਸੀਂ ਜਿਹੜੇ ਰਿਵਿਜ਼ਨ 1469 ਨਾਲ ਇਸ ਬੱਚੇ ਦੀ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਤਾਂ ਜੋ ਹੋਰ ਸਾਡੇ ਜਿਹੜੇ ਪਰਿਵਾਰ ਹੈ ਉਹ ਕੁਝ ਸਿੱਖ ਸਕਣ ਸਾਡੇ ਬੱਚੇ ਇਹਦੀ ਵੀਡੀਓ ਦੇਖ ਕੇ ਕੁਝ ਸਿੱਖ ਸਕਣ ਤਾਂ ਜੋ ਉਹ ਇੱਕ ਗੁਰੂ ਦੇ ਲੜ ਲੱਗ ਸਕੇ ਤੇ ਉਹ ਵੀ ਜਿਹੜੇ ਅਗੇ ਇੱਕ ਚੰਗੇ ਗੁਰਸਿੱਖ ਆਉਣ ਵਾਲੇ ਸਮੇਂ ਚ ਬਣ ਸਕਣ ਸੋ ਇਸੇ ਤਰ੍ਹਾਂ ਜੁੜੇ ਰਿਹਾ ਵਿਜ਼ਨ 14169 ਨਾਲ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ